गौरी बरागणा महला चौथा ज्यो जननी गर्भ पारती सुत की कर वड़ा होए तन खाट दे कर भोग बिलासा त्यों हर जाना प्रीत हर राखदा दे आप हथासा मेरे रामा मैं मूर्ख हर राख मेरे गुसैया जन की उपमा तुझे वडैया मेरे रामा मैं मूर्ख हर राख मेरे गुसैया जन की उपमा तुझे वडैया राव मंदर कर आनंद हर हर जस मन पावे सब रस मीठे मुख लगे जा हर गुण गावे हर जन परवार सदार है इक्की कुली सब जगत छड़ावे जो किश किया सो हर किया हर की वड्याई हर जी तेरे तू वरतदा हर पूज कराई हर भगत भंडार लहाइंदा आपे वरताई लाला हाट बिहजया क्या तिस चतुराई जे राज बहाने ता हर गुलाम काशी को हर नाम कढ़ाई जन नानक हर का दास है हर की वड्याई लाला हाट बिहजया क्या तिस चतुराई जे राज बहाने ता हर गुलाम काशी को हर नाम कढ़ाई जन नानक हर का दास है हर की वड्याई वाहिगुरु जी का खालसा वाहिगुरु जी की फतेह। सतगुरु जी की पावन पवित्र गोद अंदर जुड़ बैठे सत्कार योग सत्संगी जनों सतगुरु जी की पावन गोद विच बैठ के शामा वेले दे दीवान दियां हाजरियां आप जी भर रहे हो। सतगुरु जी की पावन गोद विच बैठ के आप जी ने रोजाना की तरह सतगुरु की पावन बाणी का पाठ पावन बाणी का कीर्तन श्रवण किया है। चल रही लड़ीवार पावन बाणी की विचार किस लड़ी तहत धन सतगुरु गुरु रामदास महाराज तिना की रसना तो उच्चारण किए हुए पावन शब्द का आप जी ने पाठ श्रवण किया है। आओ सतगुरु के अमोलक वचना की विचार आरंभ करने तो पहला सारी संगत बहुत अदब सत्कार के नाल फतेह की सांझ पाओ। आखो जी वाहेगुरु जी का खालसा वाहेगुरु जी की फतेह। सतगुरु जी की गोद विच बैठ के सतगुरु के पावन शब्द नूं आपां हुण विचारना है। अज दा पावन शब्द जिस दियां आरंभ वालियां तुकां ने ज्यों जननी गर्भ पालती सुत की कर आसा श्री गुरु ग्रंथ साहिब महाराज जी के अंदर
ਬਹੁਤ ਵਾਰੀ ਦੁਕਾਨਦਾਰੀ ਕਿਸਮ ਦੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਆਪਣੇ ਸਵਾਰਥ ਨੂੰ ਪੂਰਾ ਕਰਨ ਵਾਲੀਆਂ ਤੁਕਾਂ ਨੂੰ ਆਧਾਰ ਬਣਾ ਕੇ ਬਹੁਤ ਵਾਰ ਸੰਸਾਰ ਨੂੰ ਗੁੰਮਰਾਹ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਸ਼ਬਦਾਂ ਵਿੱਚੋਂ ਇੱਕ ਦੋ ਤੁਕਾਂ ਨੂੰ ਆਧਾਰ ਬਣਾ ਕੇ ਉਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਹੁੰਦੇ ਨੇ, ਪਰ ਉਹਨਾਂ ਸ਼ਬਦਾਂ ਨੂੰ ਆਧਾਰ ਬਣਾ ਕੇ ਜਦੋਂ ਸਮਾਜ ਸਾਹਮਣੇ ਪੇਸ਼ ਕੀਤਾ ਜਾਂਦਾ ਤੇ ਬਹੁਤ ਵਾਰੀ ਜਿਹੜੀਆਂ ਸੰਸਾਰ ਦੀਆਂ ਆਮ ਉਦਾਹਰਨਾਂ ਨੇ ਉਹ ਸਾਨੂੰ ਗੁਰਮਤ ਲੱਗਣ ਲੱਗ ਪੈਂਦੀਆਂ ਨੇ ਵੀ ਇਹ ਗੁਰਮਤ ਹੈ। ਸਤਿਗੁਰੂ ਮਹਾਰਾਜ ਨੇ ਅੱਜ ਦੇ ਪਾਵਨ ਸ਼ਬਦ ਵਿੱਚ ਉਦਾਹਰਨਾਂ ਸੰਸਾਰ ਦੀਆਂ ਆਮ ਪ੍ਰਚਲਿਤ ਲਈਆਂ ਨੇ, ਪਰ ਉਹਨਾਂ ਉਦਾਹਰਨਾਂ ਦੇ ਵਿੱਚ ਵਸਤੂ ਪਦਾਰਥ ਵਿਚਾਰ ਮਹਾਰਾਜ ਜੀ ਨੇ ਆਪਣੇ ਪਰੋਸ ਕੇ ਦਿੱਤੇ ਹਨ। ਆਪ ਦ੍ਰਿਸ਼ਟੀ ਹੋ, ਆਪ ਇਸ ਗੱਲ ਨੂੰ ਭਲੀ ਭਾਂਤ ਜਾਣਦੇ ਹੋ, ਚਾਹੇ ਸਾਡੇ ਘਰ ਦੀ ਧੀ ਹੋਵੇ, ਸ਼ਾਇਦ ਸਾਡੇ ਘਰ ਦੀ ਭੈਣ ਹੋਵੇ, ਸਮਾਜ ਵਿੱਚ ਇਸ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਜੇ ਕਿਸੇ ਘਰ ਔਲਾਦ ਨਾ ਹੋਵੇ, ਉਸ ਔਰਤ ਨੂੰ ਇਹ ਅਹਿਸਾਸ ਕਰਾਇਆ ਜਾਂਦਾ ਹੈ, ਚਾਹੇ ਉਹ ਸਾਡੇ ਘਰ ਦੀ ਧੀ ਹੈ, ਚਾਹੇ ਸਾਡੇ ਘਰ ਦੀ ਭੈਣ ਹੈ, ਕਿ ਔਲਾਦ ਤੋਂ ਬਿਨਾਂ ਉਹਦਾ ਸੰਸਾਰ ਤੇ ਆਉਣਾ ਨਿਰਫਲ ਹੈ। ਇਹਨੂੰ ਬਣਾ ਕੇ ਵੀ ਗੁਰਮਤ ਪੇਸ਼ ਕੀਤਾ ਜਾਂਦਾ ਹੈ ਵੀ ਗੁਰੂ ਪਾਤਸ਼ਾਹ ਦੀ ਬਾਣੀ ਨੇ ਇੰਜ ਕਿਹਾ, ਗੁਰੂ ਪਾਤਸ਼ਾਹ ਦੀ ਬਾਣੀ ਇੰਜ ਕਹਿੰਦੀ ਹੈ, ਅਸੀਂ ਬਾਕੀ ਸਭ ਕੁਝ ਕੀਤਾ ਹੈ ਨਹੀਂ ਕੀਤਾ ਤੇ ਆਪਣੇ ਸਤਿਗੁਰ ਦੀ ਬਾਣੀ ਨੂੰ ਵਿਚਾਰਿਆ ਨਹੀਂ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਿਹਨਾਂ ਦਾ ਕਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵਾਹ ਨਹੀਂ ਪਿਆ ਉਹਨਾਂ ਤੇ ਭੁਲੇਖੇ ਖਾਣੇ ਨੇ। ਬਹੁਤ ਐਸੇ ਇਨਸਾਨ ਨੇ ਜਿਹੜੇ ਪਾਠ ਵੀ ਕਰਦੇ ਨੇ ਫਿਰ ਵੀ ਭੁਲੇਖਿਆਂ ਦਾ ਸ਼ਿਕਾਰ ਨੇ, ਪਾਠ ਵੀ ਕਰਦੇ ਨੇ ਪਰ ਸਤਿਗੁਰ ਮਹਾਰਾਜ ਦੇ ਜਿਹੜੇ ਮੇਨ ਸਿਧਾਂਤ ਨੇ ਉਹਨਾਂ ਤੋਂ ਕਿਤੇ ਨਾ ਕਿਤੇ ਅਣਜਾਣ ਹੋ ਗਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸਾਨੂੰ ਸੰਸਾਰ ਦੀਆਂ ਵਸਤੂਆਂ ਮੰਗਣ ਦੀ ਪ੍ਰੇਰਨਾ ਨਹੀਂ ਕਰਦੀ ਕਿ ਤੈਨੂੰ ਬਾਣੀ ਪੜਿਆ 2 ਕਿਲੋ ਸੋਨਾ ਪ੍ਰਾਪਤ ਹੋ ਜਾਏਗਾ, ਤੇਰੀ 1 ਗੱਡੀ ਦੀਆਂ 4 ਗੱਡੀਆਂ ਹੋ ਜਾਣਗੀਆਂ, 20 ਏਕੜ ਜ਼ਮੀਨ ਦੀ ਜਗ੍ਹਾ 40 ਏਕੜ ਜ਼ਮੀਨ ਹੋ ਜਾਏਗੀ, ਤੇਰੇ 1 ਘਰ ਦੀ ਬਦੌਲਤ ਤੇਰੇ ਕੋਲ 5 ਘਰ ਹੋ ਜਾਣਗੇ, ਏਦਾਂ ਦਾ ਲਾਲਚ ਸਤਿਗੁਰ ਦੀ ਬਾਣੀ ਨਹੀਂ ਦਿੰਦੀ। ਬਾਣੀ ਇਹ ਭਰੋਸਾ ਦਵਾਉਂਦੀ ਹੈ ਕਿ ਘਰ ਤੇਰੇ ਕੋਲ ਨਾ ਵੀ ਹੋਵੇ ਤੇਰੇ ਕੋਲ ਫਿਰ ਵੀ ਸੁੱਖ ਹੋਏਗਾ। ਜਦੋਂ ਮਨੁੱਖ ਸੰਸਾਰ ਦੇ ਪਦਾਰਥਾਂ ਨਾਲ ਤੁਲਨਾ ਕਰਦਾ ਹੈ ਤੇ ਫਿਰ ਤੇ ਭਾਗਾਂ ਵਾਲਿਓ ਤਵਾਰੀ ਕਿਸ ਗੱਲ ਦੀ ਗਵਾਹ ਹੈ। ਅੱਜ ਜਿਹੜੀ ਅਸੀਂ ਅਰਦਾਸ ਦੇ ਪਹਿਲੇ 2 ਪਹਿਰੇ ਪੜ੍ਹਦੇ ਹਾਂ, ਧਿਆਨ ਮਾਰੋ ਭਲਾ ਵੀ ਉਹ ਜਿਹੜੇ ਅਰਦਾਸ ਦੇ 2 ਪਹਿਰੇ ਨੇ ਉਹ ਸਾਰੇ ਬਾਣੀ ਪੜ੍ਹਨ ਵਾਲਿਆਂ ਦੇ ਨੇ। ਉਹਨਾਂ ਵਿੱਚੋਂ ਆਪਾਂ ਕਿਸੇ ਦੀਆਂ ਕੋਠੀਆਂ ਦਾ ਧਿਆਨ ਕਰਕੇ, ਉਹਨਾਂ ਦੀਆਂ ਜ਼ਮੀਨਾਂ ਦਾ ਧਿਆਨ ਕਰਕੇ, ਉਹਨਾਂ ਦੀਆਂ ਪੁੱਤਰਾਂ ਨੇ ਕਮਾਈ ਬੜੀ ਕੀਤੀ ਉਹਨਾਂ ਦਾ ਧਿਆਨ ਕਰਕੇ ਗੱਲ ਕਰਦੇ ਹਾਂ। ਜਿਹੜੇ ਅਰਦਾਸ ਦੇ ਅਸੀਂ 2 ਪਹਿਰੇ ਬੋਲਦੇ ਹਾਂ ਵੀ 5 ਪਿਆਰਿਆਂ 4 ਸਾਹਿਬਜ਼ਾਦਿਆਂ 40 ਮੁਕਤਿਆਂ ਹੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਤ ਕੀਤਾ ਤਿੰਨਾਂ ਪਿਆਰਿਆਂ ਨਾਲ ਲਫ਼ਜ਼ ਕੀ ਆਇਆ ਜੀ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਕੀ ਮੀਨਿੰਗ ਹੈ ਇਸਦਾ ਕਿ ਮਹਾਰਾਜ ਮੈਨੂੰ ਇਹਨਾਂ ਵਰਗਾ ਸਿੱਧਕ ਦੇ, ਮੈਨੂੰ ਇਹਨਾਂ ਵਰਗਾ ਭਰੋਸਾ ਦੇਈ। ਮਹਾਰਾਜ 5 ਪਿਆਰਿਆਂ ਕਿਹੜਾ ਐਸਾ ਕੰਮ ਕੀਤਾ ਸੀ ਜਿਹਨਾਂ ਦੀ ਕਮਾਈ ਦਾ ਧਿਆਨ ਕਰਕੇ ਮੈਂ ਵਾਹਿਗੁਰੂ ਬੋਲਾਂ? 4 ਸਾਹਿਬਜ਼ਾਦਿਆਂ ਨੇ ਕਿਹੜਾ ਐਸਾ ਕੰਮ ਕੀਤਾ ਸੀ ਜਿਹਨਾਂ ਦੀ ਕਮਾਈ ਦਾ ਧਿਆਨ ਕਰਕੇ ਮੈਂ ਤੁਹਾਨੂੰ ਯਾਦ ਕਰਾਂ? ਉਹਨਾਂ 40 ਮੁਕਤਿਆਂ ਨੇ ਕਿਹੜਾ ਐਸਾ ਕੰਮ ਕੀਤਾ ਸੀ ਜਿਹਨਾਂ ਦੀ ਕਮਾਈ ਦਾ ਧਿਆਨ ਕਰਕੇ ਮੈਂ ਤੁਹਾਨੂੰ ਯਾਦ ਕਰਾਂ? ਉਹ ਕਿਹੜਾ ਹੱਠ ਹੈ, ਕਿਹੜਾ ਜਪ ਹੈ, ਕਿਹੜਾ ਤਪ ਹੈ ਜਿਹਨੂੰ ਤੁਸੀਂ ਪ੍ਰਵਾਨ ਕਰਦੇ ਹੋ? ਕਿਉਂਕਿ ਬਾਣੀ ਵਿੱਚ ਆਖਿਆ ਮਨ ਹੱਠ ਕਿਹਨੇ ਨਾ ਪਾਏ ਉਹ ਸਭ ਥੱਕੇ ਕਰਮ ਕਮਾਏ। ਅਰਦਾਸ ਵਿੱਚ ਕਿਹੜਾ ਹੱਠ ਹੈ, ਕਿਹੜਾ ਜਪ ਹੈ, ਕਦੀ ਵਿਚਾਰਿਆ ਇਸ ਬਾਰੇ ਵੀ ਉਹ ਕਿਹੜੀ ਕਮਾਈ ਹੈ ਜਿਹਨਾਂ ਸਿੰਘਾਂ ਸਿੰਘਣੀਆਂ
ਧਰਨ ਹੇਤ ਇੱਥੇ ਇਹ ਨਹੀਂ ਆਇਆ ਵੀ ਜਿਹੜੇ ਆਏ ਉਹਨਾਂ ਨੂੰ ਬੜਾ ਕੁਝ ਮਿਲਿਆ, ਸੀਸ ਦਿੱਤੇ। ਅਰਦਾਸ ਇੱਕ ਪ੍ਰਣ ਹੈ ਗੁਰੂ ਦੇ ਅੱਗੇ। ਅਰਦਾਸ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਕਰਨੀ ਹੈ ਉਹ ਇੱਕ ਇਸ ਵਾਸਤੇ ਹੈ ਕਿ ਮੈਨੂੰ ਇਹਨਾਂ ਵੱਲ ਵੇਖ ਕੇ ਉਤਸ਼ਾਹ ਪੈਦਾ ਹੋਵੇ ਮੇਰੇ ਅੰਦਰ। ਇਹ ਨਹੀਂ ਅਰਦਾਸ ਕਰਕੇ ਘਰ ਜਾ ਕੇ ਲੰਮਾ ਪੈ ਜਾਵਾਂ ਮੈਂ, ਇਹਨਾਂ ਵਰਗਾ ਸਿਦਕ ਪਾਲਣ ਆ ਜਾਏ ਮੈਨੂੰ, ਇਹਨਾਂ ਵਰਗਾ ਭਰੋਸਾ, ਇਹਨਾਂ ਵਰਗਾ ਵਿਸ਼ਵਾਸ ਮੇਰੇ ਅੰਦਰ ਪੈਦਾ ਹੋਵੇ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ। ਹੁਣ ਤਾਂ ਕਈ ਵਾਰੀ ਜਦੋਂ ਬੰਦ ਬੰਦ ਕਟਾਏ, ਅਰਦਾਸ ਸਿੱਖ ਨੇ ਬੜੀ ਸੁਣੀ ਹੈ, ਵਿਆਹ ਤੇ ਸੁਣੀ ਹੈ, ਕਿਸੇ ਦੇ ਪ੍ਰਾਣੀ ਦੇ ਚੜ੍ਹਾਈ ਕਰਨ ਤੇ ਸੁਣੀ ਹੈ, ਕਿਸੇ ਬੱਚੇ ਦੇ ਜਨਮ ਦਿਨ ਤੇ ਸੁਣੀ ਹੈ, ਕਿਸੇ ਦੀ ਕੋਠੀ ਦੇ ਮਹੂਰਤ ਤੇ ਸੁਣੀ ਹੈ, ਕਿਸੇ ਦੀ ਦੁਕਾਨ ਦੀ ਚੜ੍ਹ ਤੇ ਸੁਣੀ। ਅਰਦਾਸ ਦੀਆਂ ਤੁਕਾਂ ਯਾਦ ਹੋ ਗਈਆਂ, ਬੰਦ ਬੰਦ ਕਟਾਏ, ਪਰ ਸਿੱਖ ਨੂੰ ਪੁੱਛ ਲਓ ਬੰਦ ਬੰਦ ਕੱਟੇ ਕਿਹਦੇ ਨੇ, ਉਹ ਕੌਣ ਸੀ ਜਿਹੜਾ ਬੰਦ ਬੰਦ ਕੱਟਿਆ ਗਿਆ? ਸੋਚਣਾ ਪੈਣਾ, ਯਾਦ ਕਰਨਾ ਪਵੇਗਾ। ਐਸੇ ਬੰਦੇ ਵੀ ਨੇ, ਐਸੇ ਵਿਅਕਤੀ ਵੀ ਨੇ ਜਿਹਨਾਂ ਨੂੰ ਕਈ ਕਈ ਸਾਲ ਗੁਰੂ ਦੇ ਕੋਲ ਆਉਂਦਿਆਂ ਹੋ ਗਿਆ, ਉਹ ਚੇਤਾ ਕਰਦੇ ਫਿਰ ਵੀ ਨਾ ਗਲਤ ਦੱਸ ਲੈਂਦੇ ਨੇ। ਜਿਹਨਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜ੍ਹੇ, ਆਰਿਆਂ ਨਾਲ ਚਿੜਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਕੀ ਨਹੀਂ ਹਾਰਿਆ ਜੀ ਉਹਨਾਂ ਨੇ? ਧਰਮ ਨਹੀਂ ਹਾਰਿਆ। ਅੱਜ ਸਭ ਕੁਝ ਹੈ ਮੇਰੇ ਕੋਲ, ਅਸੀਂ ਕੀ ਹਾਰ ਕੇ ਬੈਠੇ ਹਾਂ? ਧਰਮ। ਬੱਚਿਆਂ ਰਾਹੀਂ ਹਾਰ ਗਏ, ਆਪਣੇ ਰਾਹੀਂ ਹਾਰ ਗਏ, ਮਾਂ ਰਾਹੀਂ ਹਾਰ ਗਏ, ਪਿਤਾ ਰਾਹੀਂ ਹਾਰ ਗਏ, ਧਰਮ ਹਾਰ ਗਏ। ਉਹਨਾਂ ਸਭ ਕੁਝ ਕੀਤਾ ਪਰ ਧਰਮ ਨਹੀਂ ਹਾਰਿਆ। ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜੇ ਨਾ ਇਹ ਅਰਦਾਸ ਦੇ ਦੋ ਪਹਿਰਿਆਂ ਨੂੰ ਧਿਆਨ ਨਾਲ ਵਾਚ ਲਈਏ ਨਾ, ਤੇ ਸਾਡਾ ਘਰੋਂ ਤੁਰਨਾ ਸਫਲ ਹੋ ਜਾਏਗਾ। ਜਿਹੜਾ ਸੁੱਖ ਅਸੀਂ ਗੁਰੂ ਕੋਲੋਂ ਇੱਥੋਂ ਆਣ ਕੇ ਲੈ ਕੇ ਜਾਵਾਂਗੇ, ਉਹ ਸੁੱਖ ਦੀ ਮੁੱਕੇਗਾ ਨਹੀਂ। ਉਹ ਸੁੱਖ ਅਖੁੱਟ ਹੈ, ਇਹ ਤਨ ਅਖੁੱਟ ਨਾ ਨਿਖੁੱਟੇ ਨਾ ਜਾਏ। ਇਹ ਸੁੱਖ ਐਸਾ ਜਿਹੜਾ ਕਦੀ ਮੁੱਕਦਾ ਹੀ ਨਹੀਂ ਹੈ, ਇਹ ਆਨੰਦ ਐਸਾ ਜਿਹੜਾ ਆਨੰਦ ਕਦੀ ਕਿਸੇ ਦੇ ਮੁਕਾਇਆ ਮੁੱਕਦਾ ਹੀ ਨਹੀਂ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਨੇ ਤਾਂ ਹੀ ਤੇ ਬਚਨ ਕੀਤਾ, ਮੇਰੇ ਰਾਮ ਮੈਂ ਮੂਰਖ, ਹੇ ਮੇਰੇ ਰਮੇ ਹੋਏ ਪਰਮਾਤਮਾ ਜੀ ਮੈਂ ਮੂਰਖ ਹਾਂ, ਮੇਰੇ ਕੋਲੋਂ ਤੁਹਾਡੇ ਰਸਤੇ ਤੇ ਤੁਰਿਆ ਨਹੀਂ ਜਾਂਦਾ, ਮੈਂ ਮੂਰਖ, ਮੇਰੇ ਰਾਮ ਮੈਂ ਮੂਰਖ। ਬਸ ਇੱਥੇ ਫਰਕ ਪੈ ਗਿਆ। ਸਤਿਗੁਰੂ ਜੀ ਕਹਿੰਦੇ ਆਪਣੇ ਆਪ ਨੂੰ ਕਹਿ ਕੇ ਤੇ ਵੇਖ ਮੈਂ ਮੂਰਖ ਹਾਂ, ਮੇਰੇ ਕੋਲ ਉਪਦੇਸ਼ ਕਮਾਇਆ ਨਹੀਂ ਜਾਂਦਾ, ਤੂੰ ਤੇ ਦਾਵਾ ਕਰਦਾ ਆਣ ਕੇ ਮੈਂ ਬਹੁਤ ਕੁਝ ਕੀਤਾ, ਮੈਨੂੰ ਆ ਦੇ। ਅੱਜ ਦਾਵਾ ਕਰਨ ਵਾਲਿਆਂ ਦੀਆਂ ਕਿੰਨੀਆਂ, ਆ ਜਿਹੜੇ ਸੁਖਨਾ ਸੁੱਖ ਦੇ ਦਾਵਾ ਹੀ ਕਰਦੇ, ਜਿਹੜੇ ਕਹਿੰਦੇ ਮੈਨੂੰ ਆਹ ਦੇ ਮੈਨੂੰ ਆਹ ਦੇ ਮੈਨੂੰ ਆਹ ਦੇ, ਜੇ ਗੁਰੂ ਕਵੇ ਜਿਹੜਾ ਤੈਨੂੰ ਪਹਿਲਾਂ ਦਿੱਤਾ ਉਹ ਵਖਾ। ਗੁਰੂ ਕੋਲੋਂ ਪੋਤਰਾ ਵੀ ਮੰਗ ਲਿਆ, ਗੁਰੂ ਕੋਲੋਂ ਦੋਤਾ ਵੀ ਮੰਗ ਲਿਆ, ਗੁਰੂ ਕਹਿੰਦਾ ਠੀਕ ਹੈ ਦਾਵੇ ਕਰਨ ਵਾਲੇ ਆ, ਦਾਵੇ ਕਰਨ ਵਾਲੀ ਹੈ, ਜੋ ਪਹਿਲਾਂ ਦਿੱਤਾ ਉਹ ਤੇ ਵਿਖਾ ਦੇ ਮੈਨੂੰ, ਮੇਰੇ ਕੋਲ ਮੰਗੀ ਜਾ ਰਿਹਾ ਹੈ, ਜੋ ਪਹਿਲਾਂ ਦਿੱਤਾ ਉਹ ਕਿੱਥੇ? ਦਸ ਵਸਤੂ ਲੈ ਪਾਚੇ ਪਾਵੇ, ਇੱਕ ਵਸਤ ਕਾਰਨ ਵਿਖੋੜ ਪਾਵੇ, ਇੱਕ ਪੀਨਾ ਦੇ ਤਾਂ ਮੂੜਾ, ਜਿਸ ਠਾਕੁਰ ਸਿਓ ਠਾਕੁਰ ਕੀਜੈ। ਬਹੁਤ ਸੁਸਾਇਟੀਆਂ ਬਣੀਆਂ ਨੇ ਸੁਖਮਨੀ ਸਾਹਿਬ ਦੇ ਨਾਂ ਤੇ, ਹਜ਼ਾਰਾਂ ਲੱਖਾਂ ਦੀ ਤਾਦਾਦ ਵਿੱਚ ਇਹ ਸੁਸਾਇਟੀਆਂ ਨੇ ਇਸ ਬਾਣੀ ਦੇ ਨਾਂ ਤੇ। ਪਰ ਫਿਰ ਵਿਅਕਤੀ ਉੱਥੇ ਖਲੋਤਾ ਹੈ, ਫਿਰ ਵੀ ਕਾਚਾ ਧਨ ਸੰਚੈ ਮੂਰਖ ਗਾਵਾਰ, ਫਿਰ ਵੀ ਮੂਰਖ ਇਨਸਾਨ ਕੱਚਾ ਧਨ ਇਕੱਠਾ ਕਰੀ ਜਾਂਦਾ, ਕੱਚ ਹੀ ਇਕੱਠਾ ਕਰੇ। ਕੱਚ ਦਾ ਅਰਥ ਇੱਥੇ ਨਹੀਂ ਵੀ ਤੁਸੀਂ ਘਰ ਨਾ ਬਣਾਓ, ਕੱਚ ਦਾ ਅਰਥ ਹੈ ਬੁਰੀਆਂ ਆਦਤਾਂ ਇਕੱਠੀਆਂ ਕਰੀ ਜਾਂਦਾ ਹੈ, ਔਗਣ ਇਕੱਠੇ ਕਰੀ ਜਾਂਦਾ ਹੈ, ਵਿਸ਼ੇ ਵਿਕਾਰ ਇਕੱਠੇ ਕਰੀ ਜਾਂਦਾ ਹੈ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਮੇਰੇ ਰਾਮ ਮੈਂ ਮੂਰਖ, ਹਰ ਰਾਖ ਮੇਰੇ ਗੁਸਈਆਂ, ਮੈਂ ਮੂਰਖ ਹਾਂ, ਮੇਰੇ ਕੋਲੋਂ ਤੁਹਾਡੇ ਉਪਦੇਸ਼ ਮੁਤਾਬਕ ਤੁਰਿਆ ਨਹੀਂ ਜਾਂਦਾ, ਤੁਸੀਂ ਤੋੜੋ ਮੈਨੂੰ। ਦੇਵਗਦਾਰੀ ਰਾਜ ਅੰਦਰ ਗੁਰੂ ਰਾਮਦਾਸ ਜੀ ਦੇ ਇੱਕ ਵਚਨ ਹੈ, ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਜਦੋਂ ਮਨੁੱਖ ਰੱਬ ਦੇ ਰਸਤੇ ਤੇ ਤੁਰਦਾ ਹੈ ਨਾ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਤੁਹਾਨੂੰ ਸਾਰਿਆਂ ਨੇ ਚੰਗਾ ਵੀ ਨਹੀਂ ਕਹਿਣਾ। ਜਦੋਂ ਮਨੁੱਖ ਸੱਚਾਈ ਦੇ ਰਸਤੇ ਤੇ ਤੁਰਦਾ ਹੈ ਨਾ,
ਪੁੱਤਰ ਤੁਰਦਾ ਹੋਵੇ ਤਾਂ ਜ਼ਰੂਰੀ ਨਹੀਂ ਮਾਂ ਵੀ ਉਹਨੂੰ ਚੰਗਾ ਕਵੇ, ਜ਼ਰੂਰੀ ਨਹੀਂ ਪਤਨੀ ਵੀ ਚੰਗਾ ਕਵੇ, ਜ਼ਰੂਰੀ ਨਹੀਂ ਪੁੱਤ ਵੀ ਚੰਗਾ ਕਹਿਣ। ਪਰ ਜੇ ਸੰਸਾਰ ਵੱਲ ਵੇਖਦਾ ਰਿਹਾ ਤੂੰ ਅੱਗੇ ਨਹੀਂ ਵੱਧ ਸਕਦਾ, ਤੂੰ ਸੱਚਾਈ ਦੇ ਰਸਤੇ ਦੇ ਉੱਪਰ ਤੁਰ ਨਹੀਂ ਸਕਦਾ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨੇ ਕਿਹਾ, ਅਬ ਹਮ ਚਲੀ ਠਾਕੁਰ ਪਹਿਹਾਰ, ਹਾਰ ਮੈਨੂੰ ਸਭ ਕੁਝ ਛੱਡ ਛਡਾ ਕੇ ਮੈਂ ਮਰ ਗਈ ਤੁਹਾਡੇ ਰਸਤੇ 'ਤੇ ਤੁਰ ਪਿਆ, ਹੁਣ ਨਹੀਂ ਮੈਨੂੰ ਕਿਸੇ ਦੀ ਪਰਵਾਹ। ਅਬ ਹਮ ਚਲੀ ਠਾਕੁਰ ਪਹਿਹਾਰ, ਜਬ ਹਮ ਸ਼ਰਨਾ ਪ੍ਰਭੂ ਕੀ ਆਈ। ਕੀ ਕਿਹਾ ਭਲਾ? ਰਾਤ ਪ੍ਰਭੂ ਭਾਵੇਂ ਮਾਰ। ਅਸੀਂ ਇਸ ਭਾਵਨਾ ਨਾਲ ਆਉਂਦੇ, ਅਸੀਂ ਕਹਿੰਦੇ ਮਹਾਰਾਜ ਜੇ ਆ ਚੀਜ਼ ਦੇਵੇਗਾ ਤੇ ਦੁਬਾਰਾ ਆਉ, ਨਹੀਂ ਤੇ ਮਹਾਰਾਜ ਹੋਰ ਵਾਧੂ ਡੇਰੇ ਪ੍ਰਕਾਸ਼ ਦੇ ਉੱਤੇ ਤੁਹਾਡਾ ਕੀਤਾ ਮਹਾਰਾਜ, ਹੋਰ ਬਹੁਤ ਥਾਂ ਜੋ ਮਰਜ਼ੀ ਦੇ ਮੈਨੂੰ, ਮੈਂ ਤੇਰਾ ਡਰ ਨਹੀਂ ਛੱਡਣਾ। ਅਬ ਹਮ ਚਲੀ ਠਾਕੁਰ ਪਹਿਹਾਰ, ਜਬ ਹਮ ਸ਼ਰਣਾ ਪ੍ਰਭੂ ਕੀ ਆਈ। ਰਾਤ ਪ੍ਰਭੂ ਭਾਵੇਂ ਮਾਰ, ਕਿੰਨੀਆਂ ਕਮਾਲ ਦੀਆਂ ਤੁਕਾਂ ਨੇ, ਭਾਵੇਂ ਮੈਨੂੰ ਜੋ ਕੋਈ ਮਰਜ਼ੀ ਆਖੇ, ਰਾਤ ਪ੍ਰਭੂ ਭਾਵੇਂ। ਲੋਕਨ ਕੀ ਚਤੁਰਾਈ ਉਪਮਾ, ਲੋਕਾਂ ਦੀਆਂ ਹੀ ਨੇ ਚਤੁਰਾਈਆਂ ਤੇ ਉਪਮਾ। ਬੰਦਾ ਲੋਕਾਂ ਵਾਲੇ ਕਹਿੰਦਾ ਉਹ ਮੈਨੂੰ ਕੀ ਆਖੂ, ਉਹ ਮੈਨੂੰ ਜੇ ਇਦਾਂ ਨਾ ਕੀਤਾ ਤੇ ਉਹ ਕੀ ਆਖੂ, ਜੇ ਇਦਾਂ ਨਾ ਕੀਤਾ ਉਹ ਕੀ ਆਖੂ, ਜੇ ਆ ਨਾ ਕੀਤਾ ਤੇ ਉਹ ਮੈਨੂੰ ਕੀ ਆਖੂਗਾ। ਬਾਪੂ ਚੜ੍ਹਾਈ ਕਰ ਗਏ, ਗੁਰਮਤ ਮੁਤਾਬਕ ਬਿਸਤਰਾ ਦੇਣਾ ਮਾਨਮਤ ਹੈ, ਨਹੀਂ ਦਿੱਤਾ ਤੇ ਸਾਡੀ ਮਾਸੀ ਨੇ ਗੁੱਸੇ ਹੋ ਜਾਣਾ, ਨਾ ਬਿਸਤਰਾ ਉਹਨਾਂ ਕੋਲ ਲੈ, ਇਹਨਾਂ ਕੋਲੋਂ ਮਾਂ ਜੋਗਾ ਬਿਸਤਰਾ ਵੀ ਇਹ ਨਹੀਂ ਸੀ। ਸਾਡੇ ਤੇ ਮਾਮਾ ਜੀ ਨੇ ਗੁੱਸੇ ਹੋ ਜਾਣਾ, ਉਹ ਕਹਿੰਦੇ ਮੈਂ ਆਉਣਾ ਹੀ ਨਹੀਂ, ਸਾਰੀ ਜ਼ਿੰਦਗੀ ਮਾਂ ਤੁਹਾਡੇ ਭਾਂਡੇ ਧੋਂਦੀ ਰਹੀ, ਅੱਜ ਤੁਹਾਡੇ ਕੋਲ ਬਿਸਤਰਾ ਵੀ ਹੈ ਨਹੀਂ, 4 ਕਿਲੋ ਰੂਪ ਆ ਕੇ ਰਜਾਈ ਦੇਣ ਜੋਗਾ। ਗੁਰਮਤ ਖੰਭ ਲਾ ਕੇ ਉੱਡ ਗਏ, ਸਾਰੇ ਕਰਮ ਕਾਂਡ ਉਹ ਕਰਨੇ ਸ਼ੁਰੂ ਕਰ ਦਿੱਤੇ। ਇਹਦਾ ਮਤਲਬ ਕਿਹਦਾ ਪ੍ਰੈਸ਼ਰ ਹੈ, ਕਿਹਦੀ ਗੱਲ ਮੰਨੀ ਹੈ, ਸਮਾਜ ਦੀ, ਬੰਦਿਆਂ ਦੀ। ਤੇ ਮਤਾ ਸੋਚੋ ਜੇ ਸਤਾਈ ਦੇ ਰਸਤੇ ਤੁਰੋਗੇ ਸਾਰੇ ਲੋਕ ਤੁਹਾਨੂੰ ਚੰਗਾ ਕਹਿਣਗੇ, ਨਾ ਇਹ ਆਸ ਨਹੀਂ ਮਨੁੱਖ ਰੱਖ ਸਕਦਾ, ਤੇ ਇਹ ਆਸ ਰੱਖਣੀ ਵੀ ਨਹੀਂ ਚਾਹੀਦੀ। ਜੇ ਤੁਸੀਂ ਚਾਹੁੰਦੇ ਹੋ ਸਾਰੇ ਤੁਹਾਨੂੰ ਚੰਗਾ ਕਹਿਣ, ਤੇ ਫਿਰ ਤੁਹਾਨੂੰ ਸਾਰੇ ਵਰਗਿਆਂ ਬਣਨਾ ਪਵੇਗਾ, ਫਿਰ ਬੇਈਮਾਨ ਬੇਈਮਾਨ ਦੇ ਸਾਹਮਣੇ ਬੇਈਮਾਨ ਬਣਨਾ ਪਵੇਗਾ, ਠੱਗ ਸਾਹਮਣੇ ਠੱਗ ਬਣਨਾ ਬਣ ਪਏਗਾ, ਚੋਰ ਸਾਹਮਣੇ ਚੋਰ ਬਣਨਾ ਪਵੇਗਾ। ਲੋਕ ਸਾਧੂ ਮਹਾਤਮਾ ਜੇ ਉੱਥੇ ਸਾਧੂ ਮਹਾਤਮਾ ਬਣ ਜਾਓ, ਇਹਨੂੰ ਕਿਹਾ ਸਾਰੇ ਜਿੱਦਾਂ ਮਰਜ਼ੀ ਜਿਹੜਾ ਮਰਜ਼ੀ ਪਾਣੀ 'ਚ ਰੰਗ ਪਾ ਲਓ ਉਦਾਂ ਦੇ ਹੋ ਜਾਣਾ। ਲੋਕਨ ਕੀ ਚਤੁਰਾਈ ਉਪਮਾ, ਲੋਕਾਂ ਦੀਆਂ ਲੋਕਾਂ ਵਾਸਤੇ ਜਿਹੜੀਆਂ ਵਰਤਦਾ ਸੀ ਚਤੁਰਾਈਆਂ ਉਪਮਾ, ਜਿਹੜੀਆਂ ਲੋਕਾਂ ਦੀਆਂ ਵਡਿਆਈਆਂ। ਲੋਕਨ ਕੀ ਚਤੁਰਾਈ ਉਪਮਾ, ਤੇ ਬੈਸੰਤਰ ਜਾਰ। ਮੈਂ ਅੱਗ ਵਿੱਚ ਸਾੜ ਦਿੱਤੀਆਂ, ਅਸੀਂ ਚਾਹੁੰਦੇ ਹਾਂ ਗੁਰ ਸਿੱਖ ਵੀ ਬਣ ਜਾਈਏ ਤੇ ਸੰਸਾਰ ਦੀਆਂ ਚਤੁਰਾਈਆਂ ਸਿਆਣਪਾਂ ਵੀ ਉੱਧਰ ਕਾਇਮ ਰਹਿਣ, ਕੰਮ ਇੱਕ ਹੀ ਹੋਣਾ, ਜਾਂ ਇੱਧਰ ਪੂਰਾ ਹੋ ਜਾ ਉੱਧਰ ਪੂਰਾ ਹੋ ਜਾ। ਦੋ ਬੇੜੀਆਂ 'ਚ ਪੈਰ ਰੱਖੀਆਂ ਗੱਲ, ਪਰ ਬੰਦਾ ਚਾਹੁੰਦਾ ਦੋਵੇਂ ਬੰਨੇ ਹੋ ਜਾਏ, ਬੰਦਾ ਚਾਹੁੰਦਾ ਇੱਧਰ ਵੀ ਹੋ ਜਾਵਾਂ ਤੇ ਉੱਧਰ ਵੀ ਹੋ ਜਾਵਾਂ, ਨਹੀਂ ਗੱਲ ਬਣਨੀ। ਲੋਕਨ ਕੀ ਚਤੁਰਾਈ ਉਪਮਾ, ਤੇ ਬੈਸੰਤਰ ਜਾਰ। ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਢਾਰ ਦਾ ਅਰਥ ਹੁੰਦਾ ਢਾਲਣਾ, ਢਾਲ ਦਿੱਤਾ ਮੈਂ ਹੁਣ ਆਪਣੇ ਤਨ ਨੂੰ, ਉਹੋ ਜਿਹਾ ਢਾਲ ਲਿਆ, ਉਹੋ ਜਿਹਾ ਬਣਾ ਲਿਆ ਹੁਣ ਮੈਂ। ਢਾਰ ਦਾ ਅਰਥ ਹੈ ਢਾਲਣਾ, ਜਿਵੇਂ ਕਿਸ ਚੀਜ਼ ਨੂੰ ਢਾਲਿਆ ਜਾਂਦਾ ਹੈ ਨਾ, ਸੋਨੇ ਨੂੰ ਢਾਲ ਕੇ ਉਹਦੀ ਮੁੰਦਰੀ ਤਿਆਰ ਕਰ ਲਓ, ਡਲੀ ਨੂੰ ਢਾਲ ਕੇ ਉਹਦਾ ਕੜਾ ਤਿਆਰ ਕਰ ਲਓ, ਉਹਨੂੰ ਢਾਲ ਕੇ ਉਹਦੀ ਜੋ ਮਰਜ਼ੀ ਤਿਆਰ ਕਰ ਲਓ, ਢਾਲਣਾ ਉਹਦਾ ਆਕਾਰ ਬਦਲ ਦੇਣਾ। ਹੁਣ ਮੈਂ ਆਪਣੇ ਮਨ ਨੂੰ ਢਾਲ ਲਿਆ, ਹੁਣ ਆਪਣੇ ਤਨ ਨੂੰ ਢਾਲ ਲਿਆ। ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦੀ ਉਹ ਹੈ ਜੋ ਆਵਤ ਸ਼ਰਨਾ। ਇਹ ਵਿਸ਼ਵਾਸ, ਜੋ ਆਵਤ ਸ਼ਰਨਾ ਠਾਕੁਰ ਪ੍ਰਭ ਤੁਮਰੀ, ਤਿਸ ਰੱਖੋ ਕਿਰਪਾ ਧਾਰ।
जन नानक शरणा तुम्हारी हर जियो राखो लाज मुरार। वो लाज ता रखेगा पूरा पूरा त्या बंदा पूरा नहीं होता, बंदा अधूरा होता है, बंदा अपने आप नूं अद्धा लैके आउंदा है, बंदा अपने आप नूं पूरा लैके अद्धा लैके आउंदा है। जे पूरा है तो गल बन जाएगी, जो पूरा है तो इस बने लैके आया गल ना बन जाएगी, फिर तो जीवन सोहना बन जाएगा। जिहड़ी प्रिंसीपल गंगा सिंह ने गल कही है ना, बिल्कुल साढ़े समाज से टुकदी है। प्रिंसीपल गंगा सिंह ने बड़ी गजब की गल लिखी है, वो कहते चार भैं किसी मेले में चली गई, व्याहिया सन चार भैं, सहेलियां सन, दो सखियां भैं सन, मेले में गई बार बार। एक ललारी की बहुत सुंदर दुकान है मेले के बारे बन्ने, वही भैन का ध्यान पिया, छोटिया भैनों को कहती है आप मेले आई हाँ चुनिया रंगी करा लीए। दूजिया भैं ने सलाह दी, चल तू जाके पुछता सही ललारी पैसे किन्ने मंगता। वड्डी भैन जाके ललारी नूं पुछदी है, पुछया माए ललारी कोलों वीरा इस दी दस मजूरी। ओ क्यों की कहंदा, पैसे चार ते चार घड़ी इत्थे कपड़े रहन जरूरी। मेरी भैने चार घड़ियां टाइम लगू, एक एक पैसा एक एक चुनी दा लवांगा, चुनिया मैनूं दे दिओ मैं रंग कर देना। इनी गल सुन दी देर वड्डी भैन कहिंदी, सिर दा चीर उतार कलोवां नंगी थीवां विच बजारां, सौरे पेके मिले ना टोई हासे करन गवारा। जे मैं सिर तो चुनी ला के तुहानूं दे दित्ती, इत्थे साडे सौरे परिवार वाले भी आए, पेके परिवार वाले भी आए, उन्होंने सानूं गवार कहना। तुसीं चंगे खानदानां दीआं धीआं चुनियां ला के दे दित्तियां, ना वीरा इंज कर चुनियां नूं रंग कर दे पर साडे चुनियां सिर ते रहणगीआं। तूं ऐ कर किन्ने पैसे लैणे इक चुनी दे, ये गल ठीक है भला भी चुनी सिर ते रहे, पग आप सिर ते रखीए पर ललारी नूं कहीए तू पैसे लै ला पर रंग कर दे, हो सकदा किड़ी गजब की गल, किड़ी प्यारी गल कही। इंज कर तू एक चुनी का एक पैसा लेना, असि एक एक चुनी के चार चार पैसे देने तेन, पर चुनिया साढ़े सिर ते रहन दे रंग कर दे। हस के कहा ललारी अगों कुछ वस ना मेरे, मट्टी विच की पा के रंगा भैने जे चीर रहा सिर तेरे। मैं रंग किनू करांगा जे चुनिया तुसीं मैनूं नहीं दिओगियां ते, केवल कहानी चुनिया दी ते उन्हां भैणां दी है साडी। ललारी कौन है गुरु, संगत मठ है, वह चुनिया कौन है असी, असी आउने आ गुरुद्वारे गुरु कोल। की कहने महाराज नूं भला, मन रूपी चुनी तैनूं नहीं देनी महाराज, तैनूं दे दित्ती जे तेरे कोल रंग करा ली, शराब नहीं पीती जानी, बेईमानी नहीं होनी, रिश्वत नहीं ली जानी, जिन्हें माड़े काम ने महाराज वो ये करने, ये मन में तुम रंग कर देना। तुम इंज कर लो, मैं कला खंड पाठ करा देना, कला अलमारे का सैट चढ़ा देना, तुसी जो कहो ये कर देना। जिमें उन्हें भैणा ने कहना भी एक एक चुनी के चार चार पैसे दे दें, असं पर चुनिया रंग कर दे, हो सकता। सतगुरु गुरु साहब ने बाणी च भी लिखे है, काया रंगण काया रंगण जेठिए प्यारे, पाये नाव मजीत रंगण वाला जे रंग साहेब, ऐसा रंग न डीठ जिनके चोले रतड़े प्यारे, कंत तना के। वैसे रंगे तो साढ़े सारे दे चोले हुए ने, बाणी ने कहा सारिया के चोले रंगे, ए तन माया पाया प्यारे, माया की पा लगी लीतड़ा लभ रंगाए। जिथे जिसे कहता दा लगता लाई जाता, जिथे जिसे कहता दा लगता लाए, राजनीतिक बंदा अपनी जगह दा लाई जाता, धार्मिक बंदा अपनी जगह दा लाई जाता, जिथे जिसे कहता दा लगता
ਭੁਲਾਈ ਜਾਂਦਾ। ਇਹ ਤਨ ਮਾਇਆ ਪਾਇਆ ਪਿਆਰੇ, ਲੀਤੜਾ ਲੱਭ ਰੰਗਾਏ ਮੇਰੇ ਪੰਤ ਨਾ ਭਾਵੇ ਚੋਲੜਾ। ਪਿਆਰੇ ਪੰਤ ਨੂੰ ਨੀ ਇਹ ਚੋਲਾ ਚੰਗਾ ਲੱਗਣਾ। ਕੰਤ ਕੌਣ ਹੈ? ਰੱਬ। ਰੱਬ ਨੂੰ ਇਹ ਚੋਲਾ ਚੰਗਾ ਨਹੀਂ ਲੱਗਣਾ। ਜੋ ਮਰਜ਼ੀ ਕਰਨਾ, ਇਹ ਚੋਲਾ ਪਤਨੀ ਨੂੰ ਚੰਗਾ ਲੱਗ ਸਕਦਾ, ਪਤੀ ਨੂੰ ਚੰਗਾ ਲੱਗ ਸਕਦਾ। ਪਤੀ ਨੂੰ ਪਤਨੀ ਦਾ ਚੋਲਾ ਚੰਗਾ ਲੱਗ ਸਕਦਾ, ਪਤਨੀ ਨੂੰ ਪਤੀ ਦਾ, ਮਾਂ ਨੂੰ ਪੁੱਤਰ ਦਾ, ਪੁੱਤਰ ਨੂੰ ਮਾਂ ਦਾ, ਪਿਓ ਨੂੰ ਪੁੱਤ ਦਾ, ਪੁੱਤ ਨੂੰ ਪਿਓ ਦਾ। ਕੰਤ ਨੂੰ ਨਹੀਂ ਚੰਗਾ ਲੱਗਣਾ, ਕਿਉਂਕਿ ਲੋਭ ਵਾਲਾ। ਜੇ ਪੁੱਤ ਠੱਗੀ ਮਾਰ ਕੇ ਲਿਆਵੇ ਕਿੰਨੀ ਮਾਂ ਖੁਸ਼ ਹੁੰਦੀ ਹੈ। ਫਿਰ ਮਾਂ ਨੂੰ ਚੰਗਾ ਲੱਗਾ ਚੋਲਾ, ਵੜ ਛੜ ਕਰਕੇ ਠੱਗੀ ਠੁੱਗੀ ਮਾਰ ਕੇ ਲਿਆਇਆ, ਪਤਨੀ ਜੇ ਖੁਸ਼ ਹੋ ਗਈ, ਸਮਝ ਲਓ ਪਤਨੀ ਨੂੰ ਇਹ ਚੋਲਾ ਚੰਗਾ ਲੱਗਦਾ ਹੈ। ਤੇ ਜੇ ਪਤਨੀ ਵੀ ਕਹਿੰਦੀ ਨਾ, ਕਿਸੇ ਦੇ ਬੱਚਿਆਂ ਦੇ ਮੂੰਹ ਚੋਂ ਖੋ ਕੇ ਮੇਰੇ ਬੱਚਿਆਂ ਦੇ ਮੂੰਹ ਚ ਨਾ ਪਾਈ, ਇਹਦਾ ਮਤਲਬ ਪਤਨੀ ਅੰਦਰ ਕੰਤ ਵਸ ਗਏ। ਇਹਦਾ ਅਰਥ ਪਤਨੀ ਅੰਦਰ ਕੰਤ ਵਸ ਗਿਆ। ਜੇ ਪਤੀ ਪਤਨੀ ਨੂੰ ਰੋਕਦਾ ਹੋਵੇ ਮਾੜੀ ਕਮਾਈ ਕਰ ਤੋ, ਇਹਦਾ ਅਰਥ ਪਤੀ ਅੰਦਰ ਕੰਤ ਵਸ ਗਿਆ। ਜਿਹਨੂੰ ਵੀ ਲੋਭ ਵਾਲਾ ਚੋਲਾ ਚੰਗਾ ਨਹੀਂ ਲੱਗਦਾ। ਮੇਰਾ ਕੰਤ ਨਾ ਭਾਵੇ ਚੋਲੜਾ ਪਿਆਰੇ, ਕਿਉਂ ਧਨ ਸਹਿਜੈ ਜਾਏ। ਉਹ ਕੰਤ ਅਕਾਲ ਪੁਰਖ ਵਾਹਿਗੁਰੂ ਹਿਰਦੇ ਰੂਪੀ ਸੇਜਾ ਤੇ ਕਿਵੇਂ ਜਾਏਗਾ? ਇੱਥੇ ਕਿਹਾ ਮੈਂ ਮੂਰਖ ਹਾਂ ਮੇਰੇ ਰਾਮ, ਮੈਂ ਮੂਰਖ, ਮੈਂ ਮੂਰਖ ਹਾਂ, ਮੇਰੇ ਕੋਲ ਤੁਰਿਆ ਨਹੀਂ ਜਾਂਦਾ, ਮੈਂ ਕਿਵੇਂ ਤੁਰਾਂ? ਭਗਤ ਰਵਿਦਾਸ ਨੇ ਬੜੀ ਪਿਆਰੀ ਗੱਲ ਕਹੀ ਹੈ, ਹਮ ਸਰ ਦੀਨ ਦਇਆਲ ਨਾ ਤੁਮ ਸਰ। ਮਾਲਕ ਜੀ, ਜੇ ਆਪਾਂ ਤੁਲਨਾ ਕਰਨ ਲੱਗੀਏ, ਤੁਹਾਡੇ ਵਰਗਾ ਦਇਆਲ ਕੋਈ ਨਹੀਂ, ਮੇਰੇ ਵਰਗਾ ਦੀਨ ਕੋਈ ਨਹੀਂ। ਹਮ ਸਰ ਦੀਨ ਦਇਆਲ ਨਾ ਤੁਮ ਸਰ ਅਬ ਪਤਿਆਰ। ਪਤਿਆਰ ਦਾ ਅਰਥ ਕੀ ਹੁੰਦਾ ਹੈ? ਪ੍ਰੀਖਿਆ। ਹੁਣ ਪਰਤਾਵਾ ਕਾਹਦਾ ਲੈਣਾ, ਹੁਣ ਪ੍ਰੀਖਿਆ ਕਾਹਦੀ ਲੈਣੀ? ਜਦੋਂ ਮੈਂ ਮੰਨ ਹੀ ਗਿਆ ਮੇਰੇ ਵਰਗਾ ਦੀਨ ਕੋਈ ਨਹੀਂ, ਤੁਹਾਡੇ ਵਰਗਾ ਦਇਆਲ ਕੋਈ ਨਹੀਂ, ਤੇ ਹੁਣ ਇਮਤਿਹਾਨ ਤੇ ਨਾ ਲਓ। ਇਮਤਿਹਾਨ ਤੇ ਉੱਥੇ ਬਣਦਾ ਜਿੱਥੇ ਮੈਂ ਦਾਵਾ ਕਰਾਂ, ਤੇ ਅੱਜ ਬੰਦਾ ਦਾਵਾ ਨਹੀਂ ਕਰਦਾ। ਬੰਦਾ ਦਾਵਾ ਕਰਦਾ ਮੈਨੂੰ ਆ ਦੇ। ਤੁਹਾਡਾ ਬੱਚਾ ਵੀ ਜੇ ਤੁਹਾਡੇ ਤੇ ਦਾਵਾ ਕਰੇ ਮੈਨੂੰ ਆਹ ਚੀਜ਼ ਦੇ, ਤੇ ਮਾਂ ਚਾਰ ਗੱਲਾਂ ਸੁਣਾਉਂਦੀ ਹੈ। ਦਾਵਾ ਕਰਨ ਵਾਲਿਆ, ਤੂੰ ਤੇ ਸਾਡਾ ਪੁੱਤਰ ਬਣ ਕੇ ਨਹੀਂ ਵਿਖਾਇਆ ਸਾਨੂੰ, ਪਤਾ ਤੈਨੂੰ ਕਿੱਦਾਂ ਪਾਲਿਆ ਸੀ? ਜਿਹੜੇ ਬੱਚੇ ਆਪਣੇ ਮਾਂ ਬਾਪ ਦੀ ਜ਼ਮੀਨ ਜਾਇਦਾਦ ਤੇ ਦਾਵਾ ਕਰਦੇ ਨੇ, ਉੱਥੇ ਮਾਂ ਬਾਪ ਨੂੰ ਹੱਕ ਹੈ ਕਿ ਉਹ ਪੁੱਛ ਲੈਣ ਸਾਡੀ ਜ਼ਮੀਨ ਤੇ ਹੱਕ ਜਿਤਾਉਣ ਵਾਲਿਆ। ਸਾਡਾ ਵੀ ਜੇ ਕੋਈ ਫਰਜ਼ ਬਣਦਾ ਸੀ ਨਾ, ਸਾਡੇ ਖਿਆਲਾਂ ਵਾਲੇ ਬੰਨੇ, ਸਾਡੀ ਸੇਵਾ ਸੰਭਾਲ ਵਾਲੇ ਬੰਨੇ ਵੀ ਤੇ ਤੈਨੂੰ ਕੋਈ ਚੇਤਾ ਹੋਣਾ ਚਾਹੀਦਾ ਸੀ ਨਾ। ਅੱਜ ਗੁਰੂ ਦੇ ਹੱਕ ਜਿਤਾਇਆ ਜਾ ਰਿਹਾ, ਮੈਨੂੰ ਆਹ ਦੇ, ਮੈਨੂੰ ਆਹ ਦੇ, ਮੈਨੂੰ ਆਹ ਦੇ। ਕਦੀ ਕਿਸੇ ਨੇ ਆਣ ਕੇ ਆਖਿਆ ਮਹਾਰਾਜ ਮੇਰੇ ਕੋਲ ਜੋ ਪਹਿਲਾਂ ਸੀ ਮੈਂ ਉਹਦਾ ਸ਼ੁਕਰਾਨਾ ਕਰਨਾ ਹੈ, ਮੈਂ ਉਹਦਾ ਧੰਨਵਾਦ ਕਰਨ ਆਇਆ, ਜੋ ਮੈਨੂੰ ਤੁਸੀਂ ਪਹਿਲਾਂ ਦਿੱਤਾ ਮਹਾਰਾਜ ਉਹ ਵੀ ਮੇਰੀ ਔਕਾਤ ਤੋਂ ਵੱਧ ਕੇ। ਕਿੰਨਾ ਸੁਖੀ ਹੋ ਜਾਏਗਾ ਬੰਦਾ? ਸ਼ਿਕਵੇ ਗਿਲੇ ਕਾਹਦੇ ਨੇ? ਪਤਾ ਅੱਜ ਬੰਦਾ ਸ਼ਿਕਵਿਆਂ ਨਾਲ ਭਰਿਆ, ਕਦੀ ਵੇਖਣਾ ਕਿੰਨਾ ਮਯੂਸ ਹੈ, ਕਿੰਨਾ ਉਦਾਸ ਹੈ, ਮੈਨੂੰ ਕੀ ਦਿੱਤਾ ਹੈ ਮਹਾਰਾਜ? ਕਹਿੰਦੇ ਸਭ ਤੂੰ ਇਹ ਕਹਿ ਮੇਰੇ ਕੋਲ ਬਹੁਤ ਕੁਝ ਹੈ, ਪਤਾ ਨਹੀਂ ਮਹਾਰਾਜ ਮੇਰੀ ਔਕਾਤ ਤੋਂ ਵੱਧ ਕੇ, ਬਸ ਇੰਨਾ ਕਹਿ ਮੇਰੀ ਔਕਾਤ ਤੋਂ ਵੱਧ ਕੇ। ਹਮ ਸਰ ਦੀਨ ਦਇਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ। ਪਤਾ ਮੈਂ ਕੀ ਮੰਗਦਾ? ਆ ਸੁਣਨਾ ਹੁਣ, ਭਗਤ ਰਵਿਦਾਸ ਜੀ ਕਹਿੰਦੇ ਆਹ ਮੰਗ। ਕੌਣ ਕਹਿ ਰਹੇ ਨੇ ਭਲਾ? ਜਿਹੜੇ ਕਿਰਤ ਕਰਦੇ, ਕੋਈ ਕਾਰਖਾਨਾ ਤੇ ਨਹੀਂ ਵੱਡਾ ਉਹਨਾਂ ਦਾ, ਬਹੁਤ ਵੱਡੀਆਂ ਮਿੱਲਾਂ ਹੋਣ ਭਗਤ ਰਵਿਦਾਸ ਦੀਆਂ। ਇਹ ਗੱਲ ਉਹ ਕਹਿ ਰਹੇ ਨੇ, ਕਹਿੰਦੇ ਮਾਲਕ ਜੀ ਮੈਂ ਤੁਹਾਡੇ ਕੋਲ ਕੁਝ ਨਹੀਂ ਮੰਗਦਾ, ਬਸ ਆਹ ਚੀਜ਼ ਹੈ ਮੇਰੇ ਕੋਲ ਜਿਹੜੀ ਮੈਂ ਤੁਹਾਡੇ ਕੋਲ ਤੇ ਤੁਹਾਡੇ ਅੱਗੇ ਮੰਗ ਰੱਖੀ ਹੈ। ਬਚਨੀ ਤੋਰ ਮੋਰ ਮਨ ਮਨ ਹੈ, ਬਸ ਇਹੋ ਮੰਗ ਮੰਗਦਾ ਕਿ ਤੁਹਾਡੇ ਆ ਬਚਨਾਂ ਤੇ ਮੇਰਾ ਮਨ ਮੰਨ ਜਾਏ, ਤੁਹਾਡੇ ਆ ਬਚਨਾਂ ਤੇ ਮੇਰਾ ਅੱਜ ਮੰਨਦਾ ਹੈ ਮਨ। ਜੋ ਬਾਪ ਕਵੇ ਪੁੱਤਰ ਨਾ ਮੰਨੇ, ਬਾਪ ਤੇ ਪੁੱਤਰ ਇਸ ਇੱਕ ਮਕਾਨ ਦੀ ਛੱਤ ਵਾਲੇ ਰਹਿ ਸਕਦੇ ਨੇ ਭਲਾ? ਨੋ ਪੁੱਤਰ, ਮਾਂ ਬਾਪ ਦੀ ਗੱਲ ਦੇ ਮੁਤਾਬਕ ਨਾ ਚੱਲਣ ਤੇ ਕਦੀ ਘਰ ਵੱਸ ਸਕਦਾ? ਅਬੋਲ ਹੋ ਜਾਂਦੇ ਨੇ, ਆਪਸ ਵਿੱਚ ਬੋਲਦੇ ਨੇ, ਲਫ਼ਜ਼ ਕਿੰਨੇ ਪਿਆਰੇ ਆ, ਬਚਨੀ ਤੋਰ ਮੋਰ ਮਨ ਮਨ। ਇੱਥੇ ਇਹ ਨਹੀਂ ਕਿਹਾ ਮੇਰੀਆਂ ਗੱਲਾਂ ਪੂਰੀਆਂ ਕਰ ਦਿਓ,
ਕਹਿੰਦੇ ਤੁਹਾਡੀਆਂ ਗੱਲਾਂ ਤੇ ਮੇਰਾ ਮਨ ਮੰਨ ਜਾਏ, ਜੋ ਤੁਸੀਂ ਕਰ ਰਹੇ ਹੋ ਨਾ ਮੈਨੂੰ ਚੰਗਾ ਲੱਗਣ ਲੱਗ ਪਵੇ। ਅਸੀਂ ਕੀ ਕਹਿੰਦੇ ਹਾਂ, ਮਹਾਰਾਜ ਜੀ ਜੋ ਤੁਸੀਂ ਕਰ ਰਹੇ ਹੋ ਸਾਨੂੰ ਨਹੀਂ ਚੰਗਾ ਲੱਗਦਾ, ਤੁਸੀਂ ਇਹ ਕਰ ਦਿਓ, ਮੇਰੇ ਆਖੇ ਆਹ ਕਰੋ, ਮੇਰੇ ਆਖੇ ਆਹ ਕਰੋ, ਮੇਰੇ ਆਖੇ। ਕੋਈ ਕਹਿੰਦਾ ਮੇਰੇ ਆਖੇ ਦਿਨ ਚੜਾਓ, ਕੋਈ ਕਹਿੰਦਾ ਮੇਰੇ ਆਖੇ ਰਾਹ ਚਲਾਓ, ਕੋਈ ਕਹਿੰਦਾ ਮੇਰੇ ਆਖੇ ਹਵਾ ਵਗਾਓ, ਕੋਈ ਕਹਿੰਦਾ ਨਹੀਂ ਹੁਣ ਧੁੱਪ ਦੀ ਲੋੜ ਹੈ, ਕੋਈ ਕਹਿੰਦਾ ਮੈਨੂੰ ਆਹ ਕਰੋ। ਆਰਡਰ ਨਹੀਂ ਹੋ ਰਹੇ ਸਾਰਿਆਂ ਵੱਲੋਂ, ਕਦੀ ਧਾਰਮਿਕ ਸਥਾਨਾਂ ਤੇ ਜਾ ਕੇ ਵੇਖੋ ਬੰਦੇ, ਹਰ ਬੰਦਾ ਆਰਡਰ ਨਹੀਂ ਕਰ ਰਿਹਾ, ਮੇਰੇ ਮੁਤਾਬਕ ਇੰਜ ਕਰੋ, ਮੇਰੇ ਮੁਤਾਬਕ ਇੰਜ ਕਰੋ। ਕਦੀ ਕਿਸੇ ਨੇ ਕਿਹਾ ਮਹਾਰਾਜ ਸਾਡਾ ਸਾਰਿਆਂ ਦੀ ਬੇਨਤੀ ਇਹ ਹੈ ਕਿ ਸਾਡਾ ਮਨ ਤੁਹਾਡੀਆਂ ਗੱਲਾਂ ਤੇ ਮੰਨ ਜਾਏ, ਸਾਨੂੰ ਤੁਹਾਡੇ ਬਚਨਾਂ ਤੇ, ਸਾਨੂੰ ਤੁਹਾਡੇ ਉਪਦੇਸ਼ ਤੇ ਵਿਸ਼ਵਾਸ ਵੱਧ ਜਾਏ, ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ। ਪੂਰਨ ਦਾ ਅਰਥ ਹੈ ਭਰੋਸਾ, ਜਨ ਨੂੰ ਸੇਵਕ ਨੂੰ ਇਹ ਪੂਰਨ ਭਰੋਸਾ ਪੂਰਨ ਵਿਸ਼ਵਾਸ ਦਿਓ ਕਿ ਮੈਂ ਤੁਹਾਡੀ ਗੱਲ ਨੂੰ ਮੰਨ ਜਾਵਾਂ, ਮੈਂ ਤੁਹਾਡੇ ਉੱਪਰ ਭਰੋਸਾ ਰੱਖ ਲਵਾਂ, ਮੈਨੂੰ ਪਾਸੇ ਜਾਣਾ ਨਾ ਪਵੇ। ਵਿਸ਼ਵਾਸ ਇਹ ਲਫਜ਼ਾਂ ਮੁਤਾਬਕ ਰਹਿ ਗਿਆ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਰ ਦਾਨ, ਅੱਗੇ ਕੀ ਹੈ ਜੀ, ਡੇਰਿਆਂ ਵਿੱਚ ਵੀ ਇਹ ਅਰਦਾਸ ਹੁੰਦੀ ਹੈ, ਗੁਰਦੁਆਰਿਆਂ 'ਚ, ਡੇਰਿਆਂ 'ਚ, ਸੰਪਰਦਾਵਾਂ 'ਚ, ਹਰ ਥਾਂ 'ਤੇ ਇਹ ਅਰਦਾਸ ਹੁੰਦੀ ਹੈ। ਵੇਖੋ ਜੀ ਸਾਰਿਆਂ 'ਤੇ ਰੱਬ ਦੀ ਕਿਰਪਾ, ਪਰ ਉਹ ਬੰਦੇ 5 ਮਿੰਟ ਕਹਿਣ ਲੱਗ ਪੈਂਦੇ, ਵੇਖੋ ਜੀ ਜਦੋਂ ਦੇ ਮਹਾਂਪੁਰਖਾਂ ਦੇ ਘਰ ਚਰਨ ਪਵਾਏ ਨੇ ਲਹਿਰਾਂ ਬਹਿਰਾਂ ਹੋ ਗਈਆਂ, ਜਦੋਂ ਦੇ ਅਖਬਾਰ ਉਹਨਾਂ ਨੇ ਚਰਨ ਪਾਏ ਨੇ, ਜਦੋਂ ਦੇ ਉਹਨਾਂ ਦੀ ਸ਼ਰਨ ਫੜੀ ਗਏ, ਪਤਾ ਨਹੀਂ ਕਿੱਥੋਂ ਸਭ ਕੁਝ ਤੁਰਿਆ ਹੁੰਦਾ, ਸਭ ਕੁਝ ਲਹਿਰਾਂ ਬਹਿਰਾਂ ਹੋ ਗਈਆਂ ਸਾਡੇ ਕੋਲ। ਰੱਬ ਵੱਡਾ ਕਿ ਮਨੁੱਖ ਵੱਡਾ, ਮਨੁੱਖ ਵੱਡਾ ਕਿ ਰੱਬ ਵੱਡਾ ਜੀ, ਪਰ ਮਨੁੱਖ ਦੇ ਨਾਲ ਕਿੱਡੀ ਵੱਡੀ ਆਸ ਲਾ ਕੇ ਜੁੜ ਲਈ, ਕਿੱਡਾ ਵੱਡਾ ਭਰੋਸਾ ਬਣਾ ਕੇ ਬੈਠ ਗਿਆ ਸੀ ਕਿ ਜਦੋਂ ਤੇ ਉਸ ਮਨੁੱਖ ਦਾ ਅਸੀਂ ਵੋਟ ਆਸਰਾ ਲਿਆ ਸਭ ਕੁਝ ਸਾਡੀਆਂ ਲਹਿਰਾਂ ਬਹਿਰਾਂ ਹੋ ਗਈਆਂ। ਇੱਥੇ ਲਫ਼ਜ਼ ਆ ਰਿਹਾ ਜਨ ਕੋ ਪੂਰਨ ਦੀਜੈ, ਬਚਨੀ ਤੋੜ ਮੋੜ ਮਨ ਮਾਨੇ ਜਨ ਕੋ ਪੂਰਨ ਦੀਜੇ। ਹਾਂ ਬਲ ਬਲ ਜਾਓ, ਮੈਂ ਕੁਰਬਾਨ ਜਾਂਦਾ, ਰਮਈਆ ਕਾਰਨ ਕਾਰਨ ਕਵਨ ਅਬੋਲ, ਮੈਨੂੰ ਕਾਰਨ ਤੇ ਦੱਸ ਦਿਓ ਤੁਸੀਂ ਮੇਰੇ ਨਾਲ ਬੋਲਦੇ ਕਿਉਂ ਨਹੀਂ। ਅਬੋਲ ਬੋਲ ਦਾ ਹੁੰਦਾ ਬੋਲਣਾ, ਐੜਾ ਅੱਖਰ ਅੱਗੇ ਲੱਗ ਗਿਆ ਅਬੋਲ। ਰੱਬ ਜੀ ਮੈਂ ਤੁਹਾਨੂੰ ਬੁਲਾ ਰਿਹਾ, ਤੁਸੀਂ ਬੋਲਦੇ ਨਹੀਂ, ਮੈਂ ਤੁਹਾਨੂੰ ਤੁਹਾਡੇ ਨਾਲ ਗੱਲਾਂ ਕਰਨਾ ਚਾਹੁੰਦਾ। ਘਰ 'ਚ ਪੁੱਤਰ ਬਾਪ ਨੂੰ ਬੁਲਾਵੇ, ਬਾਪ ਨੇ 2 ਰਾਤਾਂ ਪਹਿਲਾਂ ਪੁੱਤ ਨੂੰ ਕਿਸੇ ਗਲਤ ਸੰਗਤ ਤੋਂ ਰੋਕਿਆ ਹੋਵੇ ਤੇ ਬਾਪ ਨੇ ਬੁਲਾਉਣਾ ਛੱਡ ਦਿੱਤਾ ਹੋਵੇ ਪੁੱਤਰ ਨੂੰ, 2 ਦਿਨਾਂ ਬਾਅਦ ਮਹਿਸੂਸ ਤੇ ਕਰਦੇ ਆ ਨਾ, ਮਾਂ ਨੂੰ ਪੁੱਛਦੇ ਮਾਂ ਬਾਪੂ ਕੀ ਗੱਲ ਹੈ ਮੇਰੇ ਨਾਲ ਬੋਲਦਾ ਨਹੀਂ, ਕਹਿੰਦੀ ਆਪੇ ਪੁੱਛ ਲਾ। ਫਿਰ ਬਾਪੂ ਦੇ ਬਾਪੂ ਕੀ ਗੱਲ ਹੈ ਤੁਸੀਂ ਮੇਰੇ ਨਾਲ ਬੋਲਦੇ ਕਿਉਂ ਨਹੀਂ, ਅਬੋਲ ਕਿਉਂ ਹੋ ਗਏ ਜੇ। ਫਿਰ ਬਾਪੂ ਇਹੋ ਕਹਿੰਦਾ ਨਾ, ਪੁੱਤ ਜਿਹੜੇ ਮੈਂ ਬੋਲ ਗਏ ਸਨ ਤੇਰੇ ਨੁਕਸਾਨ ਵਾਸਤੇ ਨਹੀਂ, ਇਹ ਤੇਰੇ ਫਾਇਦੇ ਵਾਸਤੇ ਨੇ। ਜਿਹਨਾਂ ਵਿਅਕਤੀਆਂ ਦੀ ਤੂੰ ਸੰਗਤ ਕਰਦਾ ਪੁੱਤਰ, ਉਹ ਜਿਹੜੇ ਰੁੱਖ ਥੱਲੇ ਹੋਏ ਤੁਹਾਰ ਲੰਘ ਜਾਂਦੇ, ਮੁੜ ਕੇ ਉਹਨਾਂ ਰੁੱਖਾਂ ਨੂੰ ਫਲ ਨਹੀਂ ਲੱਗਦਾ, ਉਹ ਲੋਕ ਨੇ। ਮੈਂ ਤੈਨੂੰ ਮਾੜੇ ਬੰਦਿਆਂ ਦੀ ਸੰਗਤ ਤੋਂ ਰੋਕਦਾ, ਉਹ ਤੂੰ ਸੰਗਤ ਹੈ, ਤੇਰਾ ਜੀਵਨ ਤਬਾਹ ਕਰ ਦੇਗੀ, ਪਰ ਤੂੰ ਮੇਰੀ ਗੱਲ ਸੁਣਨ ਦੀ ਬਜਾਏ ਤੂੰ ਮੇਰੇ ਤੋਂ ਅਬੋਲ ਹੋ ਗਿਆ। ਅੱਜ ਇਹੋ ਕੁਝ ਹੋ ਰਿਹਾ, ਗੁਰੂ ਕਹਿੰਦਾ ਆਪਣੇ ਬੱਚੇ ਦੇ ਵਿਆਹ ਤੇ ਸ਼ਰਾਬ ਨਾ ਪਿਆ, ਗੁਰੂ ਕਹਿੰਦਾ ਨਸ਼ਾ ਨਾ ਜੀਵਨ 'ਚ ਲੈ ਕੇ ਆ, ਅਸੀਂ ਕਹਿੰਦੇ ਨਹੀਂ ਗੁਰੂ ਨੂੰ ਕੋਣਾ ਹੀ ਛੱਡਦੇ ਹੋ, ਪਰਾਂ ਪਰਾਂ ਦੀ ਜਾਓ, ਇਹ ਸਾਨੂੰ ਰੋਕਦਾ ਪਰਾਂ ਪਰਾਂ ਤੇ ਨੁਕਸਾਨ ਕਿਹਦਾ ਹੋਏਗਾ, ਕਿਹਦਾ ਹੋਏਗਾ ਜੀ, ਆਪਣੇ ਬੱਚੇ ਦੀ ਲਾਸ਼ ਤੇ ਕਿਹਨੂੰ ਰੋਣਾ ਪਵੇਗਾ, ਬਾਪ ਨੂੰ ਰੋਣਾ ਪੈ ਰਿਹਾ। ਇਹ ਘਟਨਾਵਾਂ ਹਰ ਦਿਨ ਵੱਧਦੀਆਂ ਜਾ ਰਹੀਆਂ ਨੇ, ਵਾਪਰਦੀਆਂ ਨੇ। ਮਨੁੱਖ ਨੇ ਜੇ ਆਪਣੇ ਗੁਰੂ ਦੀ ਗੱਲ ਨਹੀਂ ਮੰਨੀ, ਇਹਦਾ ਨੁਕਸਾਨ ਵੀ ਇਸ ਨੂੰ ਖੁਦ ਉਠਾਉਣਾ ਪੈ ਰਿਹਾ ਹੈ। ਭਗਤ ਅਰਦਾਸ ਨੇ ਕਿੰਨੀ ਪਿਆਰੀ ਗੱਲ ਕਹੀ, ਹਾਂ ਬਲ ਬਲ ਜਾਓ ਰਮਈਆ ਕਾਰਨ 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 ਤੇ ਦੱਸ ਦਿਓ ਮੈਨੂੰ, ਕਵਨ ਅਬੋਲ, ਕਿੰਨੀ ਪਿਆਰੀ ਗੱਲ, ਕਿੰਨਾ ਪਿਆਰਾ ਉਪਦੇਸ਼ ਦਿੱਤਾ ਹੈ, ਕਿੰਨੇ ਪਿਆਰੇ ਉਪਦੇਸ਼ ਦੇ ਕੇ ਸਾਨੂੰ ਸਮਝਾਉਣ ਦਾ ਯਤਨ ਦਿੱਤਾ ਹੈ। ਇਹ ਭਲਿਆ ਸਮਝ ਇਸ ਗੱਲ ਨੂੰ, ਇਸ ਉਪਦੇਸ਼ ਨੂੰ ਜ਼ਿੰਦਗੀ ਦਾ ਆਧਾਰ ਬਣਾਏਗਾ, ਤੇਰੀ ਜ਼ਿੰਦਗੀ ਖੂਬਸੂਰਤ ਬਣ ਜਾਏਗੀ। ਮੈਂ ਮੂਰਖ ਹਾਂ ਹੇ ਦਾਤਾ ਜੀ, ਮੈਂ ਮੂਰਖ ਹਾਂ, ਮੇਰੇ ਕੋਲੋਂ ਤੁਹਾਡੇ ਰਸਤੇ 'ਤੇ ਤੁਰਿਆ ਨਹੀਂ ਜਾਂਦਾ,
ਮੈਂ ਤੁਹਾਡੇ ਉਪਦੇਸ਼ ਨੂੰ ਆਪਣੇ ਜ਼ਿੰਦਗੀ ਦਾ ਆਧਾਰ ਨਹੀਂ ਬਣਾ ਸਕਿਆ। ਤਾਂ ਗੁਰੂ ਰਾਮਦਾਸ ਪਿਤਾ ਮਹਾਰਾਜ ਬਖਸ਼ਿਸ਼ ਕਰਦੇ ਹਨ, ਹੇ ਮਾਰਗ ਜੀ ਮੇਰੇ 'ਤੇ ਕਿਰਪਾ ਕਰੋ, ਮੇਰੇ 'ਤੇ ਤੁੱਠੋ, ਮੈਨੂੰ ਸੱਚ ਦੇ ਮਾਰਗ 'ਤੇ ਤੁਰਨ ਦਾ ਬਲ ਬਖਸ਼ਿਸ਼ ਕਰੋ। ਮੇਰੇ ਰਾਮ ਮੈਂ ਮੂਰਖ ਹਰ ਰਾਖ ਮੇਰੇ ਗੁਸਈਆਂ, ਹੇ ਮੇਰੇ ਗੁਸਈਆਂ ਮੇਰੇ ਮਾਲਕ ਜੀ ਮੈਨੂੰ ਰੱਖ ਲਵੋ ਤਾਂ ਕਿ ਮੈਂ ਤੁਹਾਡੇ ਉਪਦੇਸ਼ ਨੂੰ ਜ਼ਿੰਦਗੀ ਦਾ ਆਧਾਰ ਬਣਾ ਸਕਾਂ। ਹੁਣ ਧਿਆਨ ਦੇਣਾ, ਇਸ ਸ਼ਬਦ ਵਿੱਚ ਜਿਹੜੀਆਂ ਉਦਾਹਰਨਾਂ ਆਈਆਂ ਨੇ ਸੰਸਾਰ ਨੂੰ ਸਾਹਮਣੇ ਰੱਖ ਕੇ ਉਚਾਰਨ ਕੀਤੀਆਂ ਨੇ, ਸੰਸਾਰ ਦੀ ਦੇਖ ਨੂੰ ਸਤਿਗੁਰ ਨੇ ਸਾਹਮਣੇ ਰੱਖਿਆ। ਪਹਿਲੀ ਉਦਾਹਰਨ, ਜਿਉਂ ਜਨਨੀ, ਇਹ ਗੁਰਮਤ ਨਹੀਂ ਹੈ, ਸੰਸਾਰ ਦਾ ਇੱਕ ਪੱਖ ਪੇਸ਼ ਕੀਤਾ ਹੈ, ਤੁਸੀਂ ਨਾਲ ਨਾਲ ਤੁਰੇ ਆਇਓ। ਜਿਉਂ ਜਨਨੀ ਗਰਭ ਪਾਲਤੀ ਸੁਤ ਕੀ ਕਰ ਆਸਾ, ਇਹ ਸੰਸਾਰ ਦੀ ਉਦਾਹਰਨ ਕਿ ਜਿਵੇਂ ਇੱਕ ਮਾਂ ਆਪਣੇ ਗਰਭ ਦੀ ਪਾਲਣਾ ਕਰਦੀ ਹੈ, ਆਸ ਕਾਹਦੀ ਹੈ, ਸੁਤ ਦੀ, ਔਲਾਦ ਦੀ ਨਹੀਂ, ਔਲਾਦ ਵਿੱਚ ਧੀ ਵੀ ਆਉਣੀ ਹੈ, ਆਸ ਕਾਹਦੀ ਹੈ ਜੀ, ਸੁਤ ਦੀ, ਸੁਤ ਦੀ ਆਸ ਕਿਉਂ ਹੈ ਭਲਾ। ਵੱਡਾ ਹੋਏ ਧਨ ਖਾਟ ਦੇ, ਵੱਡਾ ਹੋ ਕੇ ਉਹਨੇ ਧਨ ਕਮਾ ਕੇ ਲਿਆਇਆ ਕਰਨਾ, ਉਹਦਾ ਵਿਆਹ ਕਰਨਾ, ਸਾਡੇ ਘਰ ਨੂੰ ਆ ਜਾਣੀ ਹੈ, ਉਹਨੇ ਬਾਹਰ ਕਮਾਈ ਕਰਨ ਜਾਇਆ ਕਰਨਾ, ਉਹਨੇ ਘਰ ਦੇ ਵਿੱਚ ਕਿਚਨ 'ਚ ਚੰਗੇ ਚੰਗੇ ਸਵਾਦਲੇ ਸਵਾਦਲੇ ਭੋਜਨ ਬਣਾ ਕੇ ਖਵਾਇਆ ਕਰਨੇ ਨੇ, ਸਾਡੇ ਬੈੱਡ ਦੀ ਜਿਹੜੀ ਚਾਦਰ ਹੈ ਰੋਜ਼ ਬਦਲੀ ਜਾਇਆ ਕਰਨੀ ਹੈ, ਅਸੀਂ ਧੋਣ ਵਾਲੇ ਕੱਪੜੇ ਉਤਾਰ ਦਿਆ ਕਰਨੇ ਹੈ, ਸਾਫ਼ ਸੁਥਰੇ ਪਾ ਲਿਆ ਕਰਨੇ ਹੈ, ਸਾਡੀ ਜ਼ਿੰਦਗੀ ਬੜੀ ਸੌਖੀ ਲੰਘ ਜਾਣੀ ਹੈ, ਇਹੋ ਹੀ ਹੈ ਨਾ। ਅਤੇ ਜੇ ਜਦੋਂ ਜਦੋਂ ਬੱਚੇ ਨੇ ਜਨਮ ਲਿਆ ਤਾਂ ਉਦੋਂ ਸੀਸਾ ਕੋ ਵਿਖਾ ਦੇਵੇ ਕਿ ਆਹ ਜਿਹੜਾ ਤੁਸੀਂ ਪੈਦਾ ਕੀਤਾ ਇਹਨੂੰ, ਜਦੋਂ ਤੁਸੀਂ ਘਰ ਬਣਾ ਲਿਆ, ਸਾਰੀਆਂ ਕਿਸ਼ਤਾਂ ਕੁਸ਼ਤਾਂ ਲਾ ਦਿੱਤੀਆਂ, ਐਨ ਟੈਨਸ਼ਨ ਰਹਿਤ ਹੋ ਗਏ, ਤੁਸੀਂ ਵੀ ਹੁਣ ਵੱਸਾਂਗੇ, ਇਹਨੇ ਬਹੁਤ ਫੜ ਕੇ ਤੁਹਾਨੂੰ ਬਾਹਰਲੇ ਦਰਵਾਜ਼ੇ 'ਤੇ ਬਿਠਾ ਆਉਣਾ, ਨਿਰਾਸ਼ਾਵਾਦੀ ਵੀ ਨਹੀਂ ਹੋਣਾ। ਪਰ ਮੰਨ ਲਓ ਜੇ ਇੱਦਾਂ ਹੋਵੇ ਤੇ, ਜੇ ਮੰਨ ਲਓ ਇੱਦਾਂ ਹੋ ਜਾਵੇ ਤੇ, ਪਰ ਬੰਦਾ ਸੋਚਦਾ ਨਾ ਜੀ ਨਾ, ਕਹਿੰਦਾ ਉਹਦੇ ਮੂੰਹ 'ਚੋਂ ਖੋ ਕੇ ਪੁੱਤ ਦੇ ਮੂੰਹ 'ਚ ਪਾ ਦਾ, ਉਹਦੇ ਮੂੰਹ 'ਚੋਂ ਖੋ ਕੇ ਪੁੱਤ ਦੇ ਮੂੰਹ 'ਚ ਪਾ ਦਾ, ਇਹਨੂੰ ਪਾਲੀ ਜਾਵਾਂ, ਇਹਨੂੰ ਪਾਲ ਕੇ ਜਵਾਨ ਕਰੀ ਜਾਓ। ਆ ਹੁਣ ਥੋੜ੍ਹਾ ਜਿਹਾ ਸਮਾਂ ਐਡਵਾਂਸ ਹੋਇਆ, ਧੀਆਂ ਨੂੰ ਵੀ ਬਰਾਬਰ ਦੇ ਹੱਕ ਮਿਲਣੇ ਸ਼ੁਰੂ ਹੋ ਗਏ, ਧੀਆਂ ਦੀ ਵੀ ਸੇਵਾ ਸੰਭਾਲਣੀ, ਅਤੇ ਪੁਰਾਣੇ ਸਮੇਂ 'ਚ ਪੁੱਤ ਨੂੰ ਚੂਰੀਆਂ, ਧੀ ਨੂੰ ਸੁੱਕੀ ਰੋਟੀ, ਐਜੂਕੇਸ਼ਨ ਪੱਖੋਂ ਵੀ ਪਿੱਛੇ ਰੱਖਿਆ ਗਿਆ, ਪੜ੍ਹਾਈ ਪੱਖੋਂ ਵੀ ਪਿੱਛੇ, ਖੁਰਾਕ ਪਿੱਛੋਂ, ਅਤੇ ਕਮਾਲ ਦੀ ਗੱਲ ਵੇਖੋ ਤੁਸੀਂ, ਦਿਹਾੜੀ ਵਿੱਚ ਪੁੱਤ ਨੂੰ 50 ਵਾਰ, ਧੀ ਨੂੰ 50 ਵਾਰ ਮਰ ਜਾਣੀ ਕਿਹਾ ਜਾਂਦਾ, ਮਰ ਜਾਣੀ ਨਾ ਹੋਵੇ, ਪੁੱਤ ਨੂੰ ਇੱਕ ਵਾਰ ਨਹੀਂ ਕਿਹਾ ਜਾਂਦਾ, ਜੇ ਇੱਕ ਵਾਰ ਕਿਹਾ ਵੀ ਜਾਵੇ ਨਾ ਅੰਦਰੋਂ ਮਾਂ ਕਹਿੰਦੀ ਰੱਬਾ ਵੀ ਤਾਂ ਸੱਚ ਨਾ ਕਰਦੀ, ਪੁੱਤ ਨੂੰ 50 ਵਾਰੀ ਕਹਿਣ ਤੋਂ ਬਾਅਦ ਕਹਿੰਦੀ ਕੋਈ ਗੱਲ ਨਹੀਂ, ਫਰਕ ਪੈਂਦਾ ਇਹਨੂੰ ਚਿੰਦਾ, ਇੱਕ ਜਾਊ ਹੋਰ ਆ ਜਾਣੀ, ਬਿਰਾਫ ਨੇ ਬਹੁਤ ਵੱਡਾ ਕਾਰਖਾਨਾ ਲਾਇਆ, ਜਿੰਨੇ ਡੇਰੇ ਨੇ, ਜਿੰਨੇ ਬਾਬੇ ਨੇ, ਸਾਰੇ ਅਰਦਾਸਾਂ ਕਾਹਦੀਆਂ ਕਰਦੇ ਜੀ, ਢਾਡੀ ਕਮਿਸ਼ਨ ਪ੍ਰਚਾਰਕ ਤੁਸੀਂ ਜਾ ਕੇ ਵੇਖ ਲਓ, ਤੁਸੀਂ ਕਦੀ ਢਾਡੀ ਬੋਲਦੇ ਆ, ਫਿਰ ਕਈ ਕਈ ਤਾਂ ਦਾਵਾ ਵੀ ਕਰਦੇ, ਅਸੀਂ ਅਰਦਾਸ ਕੀਤੀ ਪੁੱਤ ਹੋ ਗਿਆ, ਮਤਲਬ ਬੜੀ ਬੜਾ ਬੜਾ ਸੋਹਣਾ ਕੰਮ ਕੀਤਾ ਤੁਸੀਂ, ਰੱਬ ਦੇ ਹੁਕਮ 'ਚ ਤੁਰਨ ਦੀ ਯਾਦ ਨਹੀਂ ਸਿਖਾਈ, ਰੱਬ ਦੇ ਸਰੀਕ ਬਣਾ ਕੇ ਪੈਦਾ ਕਰ ਦਿੱਤਾ ਤੁਸੀਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਤੇ ਬੇਬੇ ਨਾਨਕੀ ਨੂੰ ਕਿਹਾ, ਬੇਬੇ ਨਾਨਕ ਦੀ ਘਰ ਔਲਾਦ ਨਹੀਂ ਸੀ, ਨਾ ਧੀ ਸੀ ਨਾ ਪੁੱਤ ਸੀ, ਕੀ ਗੁਰੂ ਨਾਨਕ ਨੇ ਇੰਝ ਕਿਹਾ, ਆ ਭੈਣਾ ਮੈਂ ਤੇਰੀ ਅਰਦਾਸ ਕਰਦਾ, ਉਹਨਾਂ ਕਿਹਾ ਅਚੁੱਕ ਲਖਮੀ ਦਾਸ ਨੇ, ਅਚੁੱਕ ਸੀ ਤੇਰੀ ਨੇ, ਕਮਾਲ ਦੀ ਗੱਲ ਵੇਖੋ, ਬਿਨਾਂ ਔਲਾਦ ਤੋਂ ਬੇਬੇ ਨਾਨਕੀ ਦਾ ਸੰਸਾਰ ਦੇ ਨਾਲ ਨਾਤਾ ਹੈ, ਅਸੀਂ ਚਰਸਤੇ 'ਚ ਲਿਆ ਕੇ ਅੱਜ ਦੀ ਧੀ ਨੂੰ ਖੜਾ ਕਰ ਦਿੱਤਾ ਹੈ, ਜਦੋਂ ਦਿਨ ਰਾਤ ਧਾਰਮਿਕ ਸਟੇਜਾਂ 'ਤੇ ਪ੍ਰਚਾਰ ਕਰੀ ਜਾਣਾ ਹੈ, ਇੱਕ ਵੀਰ ਦਹੀਂ ਵੇਰ ਬਾਰ ਮੇਰਾ ਰੱਖੜੀ ਬੰਨਣ ਨੂੰ ਚਿੱਤ ਕਰਦਾ, ਜਾਂ ਪੁੱਤ ਮਿਠੜੇ ਮੇਵੇ ਰੱਬ, ਇਹ ਉਹਨਾਂ ਨੂੰ ਪੁੱਛ ਕੇ ਵੇਖੋ ਜਿਹਨਾਂ ਦੇ ਤਿੰਨ ਤਿੰਨ ਵਿਚਾਰੇ ਗੁਰਦਾਸ ਮੱਝ ਰਾਤਾਂ ਕੱਟਣ ਡੇ, ਮਿੱਠਾ ਮੇਵਾ ਕਿ ਕੌੜਾ ਮੇਵਾ, ਮੈਂ ਵੇਖ ਕੇ ਆਇਆ ਕੈਨੇਡਾ, ਆਹ ਲਾਈਵ ਸੁਣਦੇ ਨੇ ਉੱਥੋਂ ਵਾਲੇ ਵੀ, ਉਹਨਾਂ ਕਹਿਣਾ ਸਾਡੀਆਂ ਗੱਲਾਂ ਜਾ ਕੇ ਨਿਊਜ਼ੀਲੈਂਡ ਕਰਦਾ, ਮੈਂ ਕਰਦਾ ਭਾਜੀ ਇੱਥੋਂ ਵਾਲੀਆਂ ਉੱਥੋਂ ਕਰਦਾ, ਮੇਰਾ ਕੰਮ ਹੀ ਉਹ ਹੈ, ਪਰ ਸੱਚਾਈ ਹੈ ਹੋ ਰਿਹਾ ਇੱਦਾਂ, ਤਿੰਨ ਤਿੰਨ ਪੁੱਤਰਾਂ ਦੇ ਬਾਪ ਜਿਹੜੇ ਨੇ ਰੋਟੀ ਤੋਂ ਆ ਕਰਨੇ, ਇੱਕ ਬਾਪ ਨੇ ਤਿੰਨ ਪੁੱਤਰਾਂ ਨੂੰ ਪਾਲਤਾ, ਇੱਕ ਮਾਂ ਨੇ ਚਾਰ ਪੁੱਤਰਾਂ ਨੂੰ ਪਾਲਤਾ, ਚਾਰ ਪੁੱਤਰ ਰਲ ਕੇ ਇੱਕ ਮਾਂ ਨਹੀਂ ਪਾਲ ਸਕਦੇ, ਪਤਾ ਕਿੱਥੇ ਚਲੇ ਗਏ ਅਸੀਂ, ਨਿਸ਼ਾਨ ਸਾਹਿਬ ਉੱਚੇ ਮਹਾਰਾਜ ਦਾ ਸਰੂਪ ਜਾਂਦਾ ਹੋਵੇ ਉੱਥੇ ਨਾਟਕ ਕਰਦੇ ਨੇ, ਇੱਦਾਂ ਸੜਕਾਂ ਸਾਫ ਕਰਦੇ ਨੇ ਉੱਥੇ, ਮਹਾਰਾਜ ਕਹਿੰਦੇ ਜਾ ਨਾਟਕ ਨਾ ਕਰ, ਜਾ ਕੇ ਮਾਂ ਨੂੰ ਸਾਂਭ, ਜਾ ਪਖੰਡ ਨਾ ਕਰ, ਕਦੀ ਨਗਰ ਕੀਰਤਨ ਨਿਕਲਦਾ ਵੇਖਣਾ ਤੁਸੀਂ, ਕਿੱਦਾਂ ਝਾੜੂ ਪੋਚੇ ਨਾਟਕ ਐ ਪਜਾਮੇ ਤਾਂ ਟੰਗੇ ਹੁੰਦੇ ਨੇ, ਜਿਵੇਂ ਅੱਜ ਹੀ ਸਾਰਾ
ਪੰਥ ਸਿਰ ਤੇ ਖੜਾ ਕਰ ਲੈਣਾ। ਮਾਂ ਵੇਖ ਰਹੀ ਹੁੰਦੀ ਹੈ ਇਹ ਘਰ ਤੇ ਕਦੀ ਵੇਖਿਆ ਨਹੀਂ ਇਹਨੂੰ, ਇਹ ਕੰਮ ਕਰਦੇ ਆ ਜਾਂ ਚਾਹੇ ਨੂੰਹ ਹੋਵੇ ਚਾਹੇ ਪੁੱਤ ਹੋਵੇ ਕੋਈ ਵੀ ਹੋਵੇ। ਕਿਤੇ ਨਾ ਕਿਤੇ ਸਾਡੇ ਸਮਾਜ ਵਿੱਚ ਖਾਮੀਆਂ ਆ ਗਈਆਂ, ਕਿਤੇ ਮਾਂ ਬਾਪ ਸੇਵਾ ਕਰਵਾਉਣ ਲਾਇਕ ਨਹੀਂ ਹੈਗੇ। ਮੈਂ ਨਹੀਂ ਕਹਿੰਦਾ ਵੀ ਹਰ ਜਗ੍ਹਾ ਨੋ ਪੁੱਤ ਦਾ ਕਸੂਰ ਹੈ, ਕਿਤੇ ਕਿਤੇ ਸੱਸ ਦਾ ਵੀ ਕਸੂਰ ਹੈ, ਸਹੁਰੇ ਦਾ ਵੀ ਕਸੂਰ ਹੈ, ਬਰਾਬਰ ਕਸੂਰ ਚੱਲੇ। ਹੁਣ ਜਿੱਥੇ ਬਾਪੂ ਆਪ ਸ਼ਰਾਬ ਪੀਂਦਾ ਹੋਏਗਾ ਉਹ ਨੋ ਨੂੰ ਕਹੇ ਪਿਆਜ ਲੈ ਗਿਆ ਮੈਂ ਪੀਣੀ ਹੈ, ਜਿੱਥੇ ਨੋ ਕਹਿੰਦੀ ਹੋਵੇ ਮੈਂ ਫਲਾਣੇ ਬਾਬੇ ਦੀ ਯਾਤਰਾ ਕਰਨ ਚੱਲੀ ਆ ਮੇਰੇ ਕੱਪੜੇ ਤਿਆਰ ਕਰਦੀ, ਉਹ ਕਹਿੰਦੇ ਨਹੀਂ ਮੈਂ ਤੇ ਗੁਰੂ ਨਾਨਕ ਨੂੰ ਮੰਨਦੀ ਹਾਂ, ਫਿਰ ਤਾਂ ਡਾਂਸ ਤਾਂ ਖੜਗਣਾ ਹੀ ਹੈ ਨਾ। ਭਾਗਾ ਵਾਲਾ ਇਹ ਸਮੱਸਿਆ ਨੇ ਸਾਡੇ ਸਮਾਜ ਦੀਆਂ। ਇਹ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ ਕੀ ਸਿੱਖਣਾ ਸੀ ਭਲਾ, ਸਾਨੂੰ ਆਪਣੇ ਪਰਿਵਾਰਾਂ 'ਚ ਰਹਿਣਾ ਆ ਜਾਏ, ਸਾਨੂੰ ਆਪਣੇ ਪਰਿਵਾਰਾਂ ਦੇ ਵਿੱਚ ਪਿਆਰ ਇਤਫਾਕ ਦੇ ਨਾਲ ਜ਼ਿੰਦਗੀ ਜੂਣੀ ਆ ਜਾਏ। ਕਿੰਨੀ ਪਿਆਰੀ ਗੱਲ ਕਰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨੇ ਕਹੀ ਹੈ, ਜਿਉ ਜਨਨੀ ਗਰਭ ਪਾਲਤੀ ਸੁਤ ਕੀ ਕਰ ਆਸਾ, ਵੱਡਾ ਹੋਏ ਧਨ ਖਾਜ ਦੇ, ਵੱਡਾ ਹੋ ਕੇ ਉਹਨੇ ਧਨ ਕਮਾਉਣਾ, ਧੀ ਧੀ ਨੇ ਤਾਂ ਸਾਰੇ ਚਲ ਜਾਣਾ, ਵੱਡਾ ਹੋਏ ਤਨ ਖਾਜ ਦੇ ਕਰ ਭੋਗ ਬਿਲਾਸਾ, ਅਸੀਂ ਆਨੰਦ ਮਾਣਾਂਗੇ ਆਪਣੇ ਪੁੱਤਰ ਦੀ ਕਮਾਈ ਤੇ, ਅਸੀਂ ਆਪਣੇ ਪੁੱਤਰ ਦੀ। ਬਾਬੇ ਕਬੀਰ ਨੇ ਬੜੀ ਪਿਆਰੀ ਗੱਲ ਕਹੀ, ਆ ਸੁਣਨਾ ਹੁਣ ਮੰਗਾਂ ਬਾਰੇ ਕਦੀ ਇਹਨਾਂ ਸ਼ਬਦਾਂ ਨੂੰ, ਜਦੋਂ ਕੋਈ ਧੀ ਭੈਣ ਆਵੇ ਇੰਜ। ਵੈਸੇ ਅਸੀਂ ਪ੍ਰਚਾਰਕ ਹਾਂ, ਸਾਡੇ ਕੋਲ ਵੀ ਇੱਦਾਂ ਦੇ ਮਸਲੇ ਆਉਂਦੇ ਨੇ, ਕਈ ਕਈ ਭੈਣਾਂ ਪੁੱਛਣਗੀਆਂ ਵੀਰ ਜੀ ਗੁਰੂ ਗ੍ਰੰਥ ਸਾਹਿਬ 'ਚ ਕੋਈ ਇੱਦਾਂ ਦਾ ਸ਼ਬਦ ਨਹੀਂ ਹੈਗਾ, ਕਈ ਪਰਿਵਾਰ ਪੁੱਛ, ਕਈ ਦਾਦੀਆਂ ਪੁੱਛਣਗੀਆਂ, ਇਹਦਾ ਅਰਥ ਉਹਨਾਂ ਵਿਚਾਰੀਆਂ ਨੂੰ ਭੁਲੇਖਾ ਪਾਤਾ ਕਿਸੇ ਬਾਬੇ ਨੇ ਵੀ ਆਹ ਸ਼ਬਦ ਪੜ੍ਹੀ ਜਾ, ਉਹਨਾਂ ਨੂੰ ਪਤਾ 100 ਬੀਬੀ ਨੂੰ ਸ਼ਬਦ ਦੇਤਾ, ਜੇ ਤੀਆਂ ਦੇ ਘਰ ਵੀ ਪੁੱਤਰ ਹੋ ਗਿਆ ਉਹਨਾਂ ਤੀਆਂ ਨੇ ਡੇਰਾ ਸੋਨੇ ਦਾ ਬਣਾ ਲੈਣਾ, ਜੇ 17 ਦੇ ਨਾ ਹੋਇਆ ਉਹਨਾਂ ਸਾਨੂੰ ਕੁਝ ਨਹੀਂ ਕਰਨਾ, ਕਿਹੜਾ ਮੁਕਰਮਾ ਦਾਇਰ ਕਰ ਦੇਣਾ ਸਾਡੇ 'ਤੇ, ਉਹਨਾਂ ਵਿਚਾਰੀਆਂ ਘਰ ਬਹਿ ਜਾਣਾ, ਸਾਡੇ ਭਾਅ ਵੀ ਮਾੜੇ ਨੇ, ਸਾਡੀ ਕਿਸਮਤ 'ਚ ਇੱਦਾਂ ਲਿਖਿਆ। ਅਸੀਂ ਕਿੱਧਰ ਨੂੰ ਤੁਰ ਪਏ ਹਾਂ, ਫਲਾਣੇ ਜਾਓ ਉੱਥੋਂ ਦੁੱਧ ਮਿਲਦਾ, ਫਲਾਣੀ ਜਗ੍ਹਾ ਜਾਓ ਪੁੱਤ ਮਿਲਦਾ। ਅਸੀਂ ਜਿਹਨਾਂ ਕੰਟਰੀਆਂ ਤੁਸੀਂ ਰਹਿ ਰਹੇ ਹੋ ਇਹਨਾਂ ਗੋਰੇ ਲੋਕਾਂ ਦੇ ਵੀ ਪੁੱਤ ਹੋਣੇ, ਤੁਸੀਂ ਜੋਬ ਕਰਦੇ ਹੋਣੇ ਇਹਨਾਂ ਦੇ ਨਾਲ, ਕਦੀ ਪੁੱਛਿਆ ਵੀ ਕਿੱਥੋਂ ਕਿਹੜੇ ਡੇਰੇ 'ਚੋਂ ਮੰਗ ਕੇ ਲਿਆਉਂਦੇ, ਦੱਸ ਦਿਓ ਮੈਨੂੰ, ਮੈਨੂੰ ਵੀ ਪਤਾ ਲੱਗ ਜਾਏ, ਮੈਂ ਪੰਜਾਬ ਜਾ ਕੇ ਪ੍ਰਚਾਰ ਕਰੂੰਗਾ ਵੀ ਉੱਥੇ ਇੱਕ ਗੋਰਿਆਂ ਦਾ ਵੀ ਡੇਰਾ ਹੈਗਾ, ਉੱਥੋਂ ਗੋਰਿਆਂ ਨੂੰ ਵੀ ਪੁੱਤਰ ਕਰਦੇ ਨੇ, ਕਦੀ ਤੁਸੀਂ ਜੋਬ ਕਰ ਰਹੇ ਹੋ ਤੁਸੀਂ ਮੇਰੇ ਨਾਲੋਂ ਜ਼ਿਆਦਾ ਵਾਹ ਪੈਂਦਾ ਇਹਨਾਂ ਨਾਲ, ਇਹਨਾਂ ਦੇ ਵੀ ਘਰ ਬੱਚੇ ਹੋਣਗੇ ਪੁੱਤ ਹੋਣਗੇ, ਇਹ ਵੀ ਕਿਸੇ ਡੇਰੇ ਮੰਗ ਕੇ ਲਿਆਉਂਦੇ, ਕੱਲਾ ਸਿੱਖਾਂ ਨੂੰ ਫਿਕਰ ਪੈ ਗਿਆ, ਕਿੱਦਾਂ ਕਿੱਦਾਂ ਨਵੇਂ ਨਵੇਂ ਵਨ ਸਵਾਲੇ ਬਾਬੇ ਪੈਦਾ ਕਰਦੇ ਵੀ ਪੁੱਤਰਾਂ ਦੇ ਦਾਨੀ ਆ, ਇਹ ਪੁੱਤਰ ਮਿਲਦੇ ਨੇ, ਪੁੱਤਰ ਉੱਥੋਂ ਮਿਲਦੇ ਨੇ ਕਿਤੇ। ਗੁਰੂ ਨਾਨਕ ਸਾਹਿਬ ਸੱਚੇ ਆ, ਸੁਣਨਾ ਬਾਬੇ ਕਬੀਰ ਦਾ ਇੱਕ ਸ਼ਬਦ, ਕਿਆ ਮੰਗੋ, ਇਹ ਰਹਾਉ ਦਾ ਬੰਦ, ਕਿਆ ਮੰਗੋ ਕਿਛ ਥਿਰ ਨਾ ਰਹਾਈ, ਮੈਂ ਕੀ ਮੰਗਾ ਕੁਝ ਥਿਰ ਰਹਿਣ ਵਾਲਾ ਹੈ ਹੀ ਨਹੀਂ, ਦੇਖ ਨੈਣਾ ਚੱਲੇ ਹੋ ਜਗ ਜਾਈ, ਅੱਖਾਂ ਨਾਲ ਵੇਖਦਿਆਂ ਸਭ ਕੁਝ ਤੁਰਿਆ ਜਾਂਦਾ, ਮੰਗਾਂ ਕੀ ਚੀਜ਼ ਆ। ਕਹਿੰਦੇ ਤੇਰੀ ਮੰਗ ਕੀ ਹੈ, ਬੰਦਾ ਕਹਿੰਦਾ ਘਰ ਮੰਗਿਆ ਮੇਰੀ, ਪਹਿਲੀ ਮੰਗ ਕਾਹਦੀ ਹੈ ਜੀ, ਘਰ, ਕਿਉਂਕਿ ਜੇ ਪਹਿਲਾਂ ਔਲਾਦ ਮੰਗ ਲਈ ਫਿਰ ਔਲਾਦ ਨੂੰ ਰੱਖਣਾ ਕਿੱਥੇ, ਪਹਿਲਾਂ ਮੰਗ ਘਰ, ਮਹਾਰਾਜ ਕਹਿੰਦੇ ਕਿੱਡਾ ਵੱਡਾ ਘਰ ਚਾਹੀਦਾ, ਬਾਬਾ ਸੁਖਜੀਤ ਜੀ ਕਹਿੰਦੇ ਕਿੱਡਾ ਵੱਡਾ ਘਰ ਚਾਹੀਦਾ, 2 ਬੈਡਰੂਮ, 3, 4, 5, 6, 7, 8, ਕਿੰਨਾ ਵੱਡਾ ਚਾਹੀਦਾ। ਕਹਿੰਦੇ ਆ ਤੈਨੂੰ ਇੱਕ ਐਸਾ ਘਰ ਵਿਖਾਵਾ, ਲੰਕਾ ਸਾ ਕੋਟ, ਲੰਕਾ ਵਰਗਾ ਕਿਲਾ, ਕੋਟ ਦਾ ਅਰਥ ਹੁੰਦਾ ਕਿਲਾ, ਲੰਕਾ ਸਾ ਕੋਟ ਸਮੁੰਦਰ ਸੀ ਖਾਈ, ਸਮੁੰਦਰ ਵਰਗੀ ਬੱਲੇ ਬੱਲੇ ਖਾਈ ਵੀ ਦੁਸ਼ਮਣ ਨਾ ਹਮਲਾ ਕਰ ਦੇਣ, ਤੇ ਰਾਵਣ ਘਰ ਖਬਰ ਨਾ ਪਾਈ। ਇੱਥੇ ਬੰਦੇ ਦੀ ਮੰਗ ਹੋ ਗਈ, ਮਹਾਰਾਜ ਮੈਂ ਤੇਰੇ ਕੋਲ ਨਾਸ਼ਵੰਤ ਚੀਜ਼ਾਂ ਨਹੀਂ ਮੰਗਦਾ, ਮੈਨੂੰ ਆਪਣੇ ਪਾਣੀ 'ਚ ਰੱਖ, ਘਰ ਭਾਵੇਂ 50 ਦੇ ਦੇ, ਆਪਣੀ ਰਜਾ 'ਚ ਤੋੜ ਮੈਨੂੰ, ਉਹ ਜਦੋਂ ਰਜਾ ਵਿੱਚ ਤੋੜਾਂਗਾ ਆਪਣੇ ਆਪ ਸਭ ਕੁਝ ਬਣਦਾ ਜਾਣਾ, ਪਰ ਮੇਲ ਮੰਗ ਇਹ ਨਹੀਂ ਹੋਣੀ ਚਾਹੀਦੀ। ਕਹਿੰਦੇ ਆ ਰਾਵਣ ਦਾ ਬਹੁਤ ਵੱਡਾ ਘਰ ਸੀ, ਲੰਕਾ ਸਾ ਕੋਟ ਸਮੁੰਦਰ ਸੀ ਖਾਈ, ਤੇ ਰਾਵਣ ਘਰ ਖਬਰ ਨਾ ਪਾਈ, ਹੈ ਨਿਸ਼ਾਨ ਉਹਦਾ ਕੋਈ, ਯਾਰ ਦੂਜੀ ਮੰਗ ਇਹ ਨਹੀਂ ਬੰਦੇ ਦੀ। ਕਹਿੰਦਾ ਪੁੱਤਰ ਔਲਾਦ ਚਾਹੀਦੀ, ਔਲਾਦ ਨਹੀਂ ਕਹਿੰਦਾ ਪੁੱਤਰ, ਬਾਬਾ ਕਬੀਰ ਜੀ ਕਹਿੰਦੇ ਆ ਤੈਨੂੰ ਪੁੱਤਰਾਂ ਵਾਲੇ ਦੇ ਦਰਸ਼ਨ ਕਰਾਉਣ, ਕਿੰਨੇ ਚਾਹੀਦੇ ਨੇ, 1, 2, 3, ਕਿੰਨੇ ਪੁੱਤਰ ਚਾਹੀਦੇ, 1 ਲੱਖ ਪੂਤ, 1.25 ਲੱਖ ਨਾਤੀ, 1.25 ਲੱਖ ਪੋਤਰਾ ਤੇ 1 ਲੱਖ ਪੁੱਤਰ, 2.25 ਲੱਖ ਹੋ ਗਿਆ, 1 ਲੱਖ ਪੂਤ, 1.25 ਲੱਖ ਨਾਤੀ, ਤੇ ਰਾਵਣ ਘਰ
की गारंटी पल्ले तेरे घर आएगा जो ओ एडा वा रहा तेरे घर को गारंटी है हूँ अगे नहीं चाहिए कहते मेरे घर समान चाहिए सुख सहूलत चाहिए कहते आप खाव चंद सूरज जाके तपत रसोई बैसंतर जाके कपड़े धोई कहते चंद्रमा तो सूरज के कपड़े धोते हैं भाव अर्थ की है चंद्रमा के होंदया भी रसोई तप रही है भाव रात भी रसोई बली जाती है चंद्रमा शिवदा सूरज के होंदया भी रसोई तप रही है चंद सूरज जाके तपत रसोई जो सूरज होता तभी रसोई चक बलती जो चंद्रमा होता तभी रसोई चक बलती भाव अग कभी मठी इना राशन होगा इना घर च बैसंतर जाके कपड़े धोई तो चौबी घंटे अग बलती कपड़े धोन ली गर्म गर्म कपड़े धोन ली अग बली जाती है इना कुछ घर के ताई बाबा भी क्या मांगो किछ थिर ना रहा एडे एडे सुखा नू मन वाले दे घर भी अज कुछ नहीं है तू क्यों नाशवंत चीजा मंगता तू क्यों नाशवंत चीजा मंगता सच मन आ गया सुनना हूं वड़ा होए तन खाट दे कर भोग बेलासा ए ते सी संसार दी उदाहरण मां चाहुंदी मेरे घर पुत होवे ताकि पैसा कमा के ले आएगा त्यों हर जन ए गुरमत है ये उदाहरण है आ गुरमत है त्यों हर जन प्रीत हर राखदा दे आप हथासा जिवें मां पुत्र दी आस लाउंदी है वड़ा होके तन कमाएगा इस तरह हरी दा सेवक रब की आस लाउंदा है जिहड़ा मालिक रब है वह अपने सेवक के अंदर अपनी प्रीत नूं कायम रखता इस तरह जिवें मां अपने पुत की आस लाउंदी है कितनी प्यारी गल कही गुरमत यह है मंदर घर आनंद हर हर जस मन भावे जिन्हां दे मन विच हरी दा जस ਪਾਉਂਦਾ ਹੈ ਜਿਹੜੇ ਹਰੀ ਦਾ ਜਸ ਕਰਦੇ ਨੇ ਜਿਹੜੇ ਹਰੀ ਮਾਲਕ ਦੇ ਗੁਣ ਆਪਣੇ ਜੀਵਨ ਦੇ ਵਿੱਚ ਧਾਰਨ ਕਰਦੇ ਹਨ ਉਹਨਾਂ ਦਾ ਘਰ ਫਿਰ ਕਾਹਦੇ ਨਾਲ ਭਰ ਜਾਂਦਾ ਜੀ ਆਨੰਦ ਨਾਲ ਮੰਦਰ ਘਰ ਆਨੰਦ ਉਹਨਾਂ ਦਾ ਜਿਹੜਾ ਹਿਰਦੇ ਰੂਪੀ ਘਰ ਹੈ ਮੰਦਰ ਹੈ ਉਹ ਆਨੰਦ ਨਾਲ ਭਰ ਜਾਂਦਾ ਹੈ ਹਰ ਹਰ ਜਸ ਮਨ ਭਾਵ ਹੈ ਜਿਨ੍ਹਾਂ ਦੇ ਮਨ ਨੂੰ ਹਰੀ ਦਾ ਜਸ ਚੰਗਾ ਲੱਗਦਾ ਹੈ ਉਹਨਾਂ ਦਾ ਹਿਰਦੇ ਰੂਪੀ ਘਰ ਫਿਰ ਆਨੰਦ ਨਾਲ ਭਰ ਜਾਂਦਾ ਹੈ ਸਭ ਰਸ ਮਿੱਠੇ ਮੁੱਖ ਲੱਗੇ ਜਾਂ ਹਰ ਗੁਣ ਗਾਵੇ ਜਿਉਂ ਜਿਉਂ ਉਹ ਹਰੀ ਦੇ ਗੁਣ ਗਾਉਂਦੇ ਨੇ ਗਾਉਣ ਦਾ ਅਰਥ ਜਿਉਂ ਜਿਉਂ ਰੱਬ ਦੇ ਗੁਣ ਇਕੱਠੇ ਕਰਦੇ ਨੇ ਗੁਣਾਂ ਮੁਤਾਬਕ ਜ਼ਿੰਦਗੀ ਜਿਉਂਦੇ ਨੇ ਉਹਨਾਂ ਨੂੰ ਹਰ ਇੱਕ ਚੀਜ਼ ਇੰਜ ਮਹਿਸੂਸ ਹੁੰਦੀ ਹੈ ਜਿਵੇਂ ਲੋਕ ਸਵਾਦਲੇ ਭੋਜਨ ਪਕਵਾਨ ਖਾ ਕੇ ਆਨੰਦ ਪ੍ਰਾਪਤ ਕਰਦੇ ਨੇ ਉਹਨਾਂ ਨੂੰ ਚੰਗੇ ਕੰਮ ਕੀਤੀਆਂ ਗੁਣ ਧਾਰਨ ਕੀਤੀਆਂ ਉਹ ਆਨੰਦ ਪ੍ਰਾਪਤ ਹੁੰਦਾ ਜਿਵੇਂ ਅਮੀਰ ਲੋਕ ਪੈਸੇ ਵਾਲੇ ਲੋਕ ਤਰ੍ਹਾਂ ਤਰ੍ਹਾਂ ਦੇ ਸਵਾਦਲੇ ਭੋਜਨ ਖਾ ਕੇ ਕਹਿੰਦੇ ਆਨੰਦ ਆ ਗਿਆ ਫਲਾਣੀ ਜਗ੍ਹਾ ਘੁੰਮ ਕੇ ਆਨੰਦ ਆ ਗਿਆ ਫਲਾਣੀ ਜਗ੍ਹਾ ਜਾ ਕੇ ਆਨੰਦ ਆ ਗਿਆ ਫਲਾਣੇ ਥਾਂ ਤੋਂ ਖਾ ਕੇ ਆਨੰਦ ਆ ਗਿਆ ਕਹਿੰਦੇ ਜਿਹੜਾ ਸੱਚ ਦਾ ਪੁਜਾਰੀ ਹੈ ਸੱਚ ਦੇ ਰਸਤੇ ਤੇ ਤੁਰਨ ਵਾਲਾ ਜੇ ਉਹਦੇ ਕੋਲੇ ਸਾਧਨ ਨਾ ਵੀ ਹੋਣ ਉਹ ਚੰਗੇ ਕੰਮ ਕਰਕੇ ਜਿਹੜੇ ਲੋਕ ਉਹਨਾਂ ਪਦਾਰਥਾਂ ਚੋਂ ਰਸ ਪ੍ਰਾਪਤ ਕਰਦੇ ਉਹਨਾਂ ਨੂੰ ਚੰਗੇ ਕੰਮ ਕਰਨ ਵਿੱਚੋਂ ਉਹ ਰਸ ਪ੍ਰਾਪਤ ਹੁੰਦਾ ਹੈ ਕਿੰਨੀ ਪਿਆਰੀ ਗੱਲ ਕਹੀ ਹਰ ਜਨ ਪਰਿਵਾਰ ਸਧਾਰ ਹੈ ਇੱਕੀ ਕੁੱਲੀ ਸਭ ਜਗਤ ਛਡਾਵੇ ਜਿਉਂ ਜਿਉਂ ਮਾਲਕ ਦੇ ਗੁਣ ਗਾਉਂਦੇ ਨੇ ਹਰ ਜਨ ਪਰਿਵਾਰ ਸਧਾਰ ਉਹ ਆਪਣੇ ਪਰਿਵਾਰ ਨੂੰ ਤਾਰ ਲੈਂਦੇ ਨੇ ਇੱਕੀ ਕੁੱਲੀ ਉਹ ਆਪਣੀਆਂ ਇੱਕੀ ਕੁੱਲਾਂ ਉਹਨਾਂ ਨੂੰ ਨਿਸਤਾਰ ਲੈਂਦੇ ਨੇ ਤਾਰ ਲੈਂਦੇ ਇੱਥੇ ਇੱਕੀ ਕੁੱਲਾਂ ਦਾ ਭੁਲੇਖਾ ਸਾਡੇ ਸਮਾਜ ਵਿੱਚ ਡੇਰੇਦਾਰਾਂ ਵੱਲੋਂ ਬਹੁਤ ਵੱਡਾ ਪਾਇਆ ਗਿਆ ਵੀ ਜੇ ਇੱਕ ਬੰਦੇ ਨੇ ਇੰਝ ਕੀਤਾ ਉਹਦੀਆਂ ਇੱਕੀ ਕੁੱਲਾਂ ਕਰ ਗਈਆਂ ਗੁਰਮਤ ਦੇ ਮੁਕਾਬਲੇ ਤੇ ਗੁਰਮਤ ਦੀ ਕਸਮਿਟੀ ਤੇ ਗੱਲਾਂ ਖਰੀਆਂ ਨਹੀਂ ਉਤਰਦੀਆਂ ਗੁਰੂ ਨਾਨਕ ਸਾਹਿਬ ਆਪ ਕਰੇ ਪਰ ਉਹਨਾਂ ਦੀ ਕੁੱਲ ਲਖਮੀ ਦਾਸ ਆਉਂਦਾ ਹੈ ਗੁਰੂ ਅਮਰਦਾਸ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੀ ਕੁੱਲ ਵਿੱਚ ਉਹਨਾਂ ਦੇ ਬੇਟੇ ਆਉਂਦੇ ਨੇ ਪ੍ਰਿਥੀ ਚੰਦ ਗੁਰੂ ਰਾਮਦਾਸ ਦੀ ਕੁੱਲ ਵਿੱਚ ਆਉਂਦਾ ਹੈ ਇੱਥੇ ਕੁੱਲਾਂ ਦਾ ਅਰਥ ਹੈ ਜੇ ਤੂੰ ਆਪ ਕਰਿਆ ਤੇਰੀਆਂ ਕੁੱਲਾਂ ਨੇ ਤੇਰੇ ਗਿਆਨ ਇੰਦਰੇ ਤੇਰੇ ਕਰਮ ਇੰਦਰੇ ਤੇਰਾ ਸਰੀਰ ਜਿਹਨੂੰ ਬਾਣੀ 'ਚ ਪਰਿਵਾਰ ਆਖਿਆ ਜਿਹਨੂੰ ਬਾਣੀ 'ਚ ਆਖਿਆ ਦੀਨ ਦਇਆਲ ਭਰੋਸਾ ਤੇਰਾ ਸਭ ਪਰਿਵਾਰ ਚੜਾਇਆ ਪਿਆ ਇਹ ਸਾਰਾ ਪਰਿਵਾਰ ਕਿਹੜਾ ਹੈ ਆਹ ਜਿਹੜੀਆਂ ਮੇਰੀਆਂ ਅੱਖਾਂ ਨੇ ਕੰਨ ਨੇ ਤੁਹਾਡੇ ਭਰੋਸੇ ਤੇ ਮੈਂ ਆਪਣੇ ਸਮੁੱਚੇ ਪਰਿਵਾਰ ਨੂੰ ਤੁਹਾਡੇ ਇਸ ਵਿਹੜੇ ਤੇ
चार दिता है, परमेश्वर दिता बन्ना, दुख रोग का डेरा पन्ना, आनंद करे नर नारी, उथे नर नारी इन्हों क्या, हर हर प्रभ कृपा धारी। मालिक जी जदों मेरे अंदरों दुख दूर हो गया विषया उतारा का, मेरे ज्ञान इंद्रे हुण आनंद विच आ गए, आनंद करे नर नारी हर हर प्रभ कृपा धारी, संतोष सुख हुआ सभनी थाई, सारे थावां ते सुख की प्राप्ति होगी, भाव समुचा जीवन सुख नाल भर गया। इत्थे 21 कुलां का अर्थ बाहरला परिवार नहीं, इत्थे जगत अर्थ नहीं, बाहरला जगत नहीं, एक जगत साडे तन दा है, एक जगत साडे मन दा है, मन दा जगत होर है, तन दा जगत होर है, मन ने जगत अपना एक वखरा ही बनाया होया है, मन दा एक वखरी, मन दी एक वखरी दुनिया है, मन दा कुटुंब वखरा है, मन दी सृष्टि भी वखरी है, इनू नाशवंत क्या है सारी, बाकी तो संसार से सब कुछ है, उन्हें तू वरतना है, उन्हें तू हंडाना है, उन्हें तू वाचना है, ये निराशावादी गल्लां नहीं, आसावादी गल्लां ने, जिहड़ा तू अपने मन में गलत ख्यालों की सृष्टि बनाई है, यह सारी नाश हो जानी है, तो एक नवी सृष्टि पैदा होएगी जिहड़ी गुणा के आधार पर बनेगी। हर जन परिवार सधार है, इक्की कुली सब जगत छड़ावे, जो कुछ किया सो हर किया, हर की वड्याई, उन्होंने यकीन हो जाता आ जो कुछ अज मैं कर रहा यह सब कुछ मेरे हरि की अपनी वड्याई है, जे को मेरे को चंगा काम हो रहा है मालिक जी मैं उहो ही हाँ, पर ये चंगा काम तुहाडे बख्शे हुए शुभ गुणा करके हो रहा है। सब जी तेरे तू वरतदा, हर पूज कराई, सारे जीवन में मालिक जी तुसी आप वरत रहे हो, आप बैठे हुए हो, हर भगत भंडार लहाइंदा आपे वरताई, ये भगती का भंडारा, ये गुणा का खजाना, ये मालिक तुसी आप हो। मालिक जी ये गुण ओह लै सकता है जिहड़ा तुहाडे अनुसार होके तुरदा है। लाला हाट विहाजिया, लाला दा अर्थ है गुलाम, हाट का अर्थ है दुकान, विहाजिया का अर्थ है खरीदया होया। मालिक जी ये जिहड़ा गुलाम है तुहाडी संगत रूपी दुकान विच इहने अपने आप नूं वेचिया है, अपने आप नूं वेच दिता है। लाला हाट विहाजिया क्या तिस चतुराई, इहदी हुण अपनी चतुराई किहड़ी है, मुल खरीदी लाला गोला, मुल खरीदया होया है। कमाल की गल वेखो, दुनिया से कोई बंदा किसी की बोली ला किसी बंदे नूं खरीद लिया तो अपने माड़े भाव समझदा, कहिंदा काश कितें मैं भी अमीर हुंदा, मैनूं इहदी गुलामी ना करनी पैंदी, अज मैं इहदा गुलाम आ, इहने मेरी कीमत दे दित्ती है। गुलामदार की हुंदा जिहने उहदी कीमत दे दित्ती होवे, जिवें तुसीं गड्डी खरीद के लियाओ, हुण गड्डी तुहाडी है, तुसीं उहनूं जिद्दां मर्जी वरतो, घर खरीद लिया घर तुहाडा है, तुसीं किसी इंसान नूं खरीद लिया, कभी बंदे भी खरीदे जाते सन। गदरी के बाजार में भारत के नौजवान उत्थे मझ की भी कीमत सी, बल्द की भी कीमत सी, झोटे माली की भी कीमत सी, इन्हां सारियां की कीमत वध सी, पर भारत के वसनीक की चाहे औरत सी चाहे मर्द सी बहुत सस्ती सी, पशुआं नालों भी सस्ती सी। उत्थों विकदियां नूं जे कोई बचा के लिया सी वह गुरु नानक दा घर सी। अज वक्री गल है कि असं रसातल वाल चले गए, अपना विरसा बुला लिया, अपने विचार जो बंदे खरीद लिया वो जो मर्जी कराया जाए। इतने महाराज ने कहा मैं भी मुल खरीदया हो, अपने आप को वेचे के अगे गुरु के अगे, मुल खरीदी लाला गोला, तो मैं अपने आप को अभागा नहीं समझता। महाराज कहते मेरा ना सुभागा, मैं अपने आप को सुभागा समझदा जे मैं अपने आप को वेचिया होया, तो वेचिया किवें, गुर की बचनी, गुरु के बचना करके, गुरु की सिक्ख्या करके, गुरु के उपदेश करके मैं अपने आप को वेचे। गुर की बचनी हाट बेकाना, गुरु के बचना के बदले, गुरु के बचन में चंगे लगे वह मैं कमाए, वह बदले मैं अपने आप को इस दुकान पर वेच दिता, इस हाट पर वेच दिता। गुर की बचनी हाट बेकाना, जित लाया
ਹੁਣ ਜਿੱਦਾਂ ਜਿੱਦਾਂ ਮੈਨੂੰ ਗੁਰੂ ਲਾਉਂਦਾ ਉਦਾਂ ਉਦਾਂ ਮੈਂ ਕੰਮ ਕਰੀ ਜਾਂਦਾ। ਜਿੱਤ ਲਾ ਲਾਇਆ ਤਿੱਤ ਲਾਗਾ ਤੇਰੇ ਲਾਲ ਲੈ ਗਿਆ ਚਤੁਰਾਈ। ਹੁਣ ਮਹਾਰਾਜ ਹੈਗਾ ਮੈਂ ਤੇਰਾ ਗੁਲਾਮ ਹਾਂ ਤੇ ਮੈਂ ਚਤੁਰਾਈ ਕਦੀ ਕਰ ਸਕਦਾ? ਕੋਈ ਲਾਲਾ ਚਤੁਰਾਈ ਕਰ ਸਕਦਾ? ਗੁਲਾਮ ਮਾਲਕ ਨੂੰ ਕਹਿ ਸਕਦਾ ਮੇਰੇ ਆਪੇ ਅੱਜ ਆਹ ਬਣਾਇਆ ਉਹ ਨਾ ਬਣਾਇਆ? ਜੋ ਉਹਨੂੰ ਮਿਲੇਗਾ ਉਹਨੂੰ ਖਾਣਾ ਪੈਣਾ। ਗੁਲਾਮ ਦੀ ਆਪਣੀ ਮਰਜ਼ੀ ਨਹੀਂ ਹੁੰਦੀ। ਪਰ ਇੱਥੇ ਭਾਗਾਂ ਵਾਲੇ ਸੋਚ ਕੇ ਵੇਖੋ, ਬੰਦਾ ਆਪਣੀ ਮਰਜ਼ੀ ਚਲਾਉਂਦਾ। ਕਿਹੜੀ ਪਿਆਰੀ ਗੱਲ ਕੇ ਤੇਰੇ ਲਾਲ ਲੈ ਕੇ ਚਤੁਰਾਈ ਸਾਹਿਬ ਕਾ ਹੁਕਮ ਨਾ ਕਰਨਾ ਜਾਈ। ਮਹਾਰਾਜ ਤੁਹਾਡੇ ਲਾਲੇ ਦੀ ਕੀ ਚਤੁਰਾਈ? ਮੈਨੂੰ ਜਿੰਨੀ ਤੁਹਾਡੀ ਗੱਲ ਮੰਨਣੀ ਚਾਹੀਦੀ ਸੀ ਅਜੇ ਉਹਦੇ ਮੁਤਾਬਕ ਮੈਂ ਉਹ ਗੱਲ ਅਜੇ ਨਹੀਂ ਮੰਨੀ। ਮੈਨੂੰ ਤਾਂ ਜ਼ਿਆਦਾ ਗੱਲ ਮੰਨਣੀ ਚਾਹੀਦੀ ਸੀ। ਜਿੰਨਾ ਤੁਸੀਂ ਮੈਨੂੰ ਦਿੱਤਾ ਹੈ ਨਾ ਉਹਦੇ ਬਦਲੇ ਮੈਨੂੰ ਬਹੁਤ ਕੁਝ ਚੰਗਾ ਕਰਨਾ ਚਾਹੀਦਾ ਸੀ, ਮੈਂ ਤੇ ਉਹਨਾਂ ਵੀ ਨਹੀਂ ਕੀਤਾ। ਅਜੇ ਤੇਰੇ ਲਾਲ ਲੈ ਗਿਆ ਚਤੁਰਾਈ ਸਾਹਿਬ ਕਾ ਹੁਕਮ ਨਾ ਕਰਨਾ ਜਾਈ। ਮੈਂ ਤੁਹਾਡੇ ਹੁਕਮ ਨੂੰ ਸਿਰ ਮੱਥੇ ਕਰਕੇ ਪ੍ਰਵਾਨ ਨਹੀਂ ਕਰ ਸਕਿਆ, ਆਪਣੀ ਦਖਲ ਅੰਦਾਜ਼ੀ ਤੁਹਾਡੇ ਹੁਕਮ ਵਿੱਚ ਕੀਤੀ ਹੈ। ਲਾਲਾ ਹਾਜ ਵੇ ਹਜਿਆ ਕਿਆ ਤਿਸ ਚਤੁਰਾਈ। ਕਿਹੜੀ ਪਿਆਰੀ ਗੱਲ ਕਹੀ, ਜੇ ਰਾਜ ਬਹਾਲੇ ਜਦੋਂ ਆਪਣੇ ਗੁਲਾਮ ਨੂੰ ਤਖ਼ਤ ਤੇ ਬਿਠਾ ਦੇਵੇ, ਰਾਜ ਦੇ ਦੇਵੇ, ਉਹਦੇ ਥੱਲੇ ਪਰਜਾ ਹੋਵੇ ਹੁਕਮ ਮੰਨਣ ਵਾਲੀ, ਜੇ ਰਾਜ ਬਹਾਲੇ ਤਾਂ ਹਰ ਗੁਲਾਮ ਤਾਂ ਵੀ ਇਹ ਗੁਲਾਮ ਤੇਰਾ ਰਹੇਗਾ। ਤਖ਼ਤ ਹੋਏਗਾ ਥੱਲੇ, ਫੌਜਾਂ ਗਰਮ ਆਉਂਦੀਆਂ ਹੋਣਗੀਆਂ, ਪਰ ਗੁਲਾਮ ਤੇਰਾ ਖਵਾਏਗਾ। ਇਹ ਸ਼ਹਿਨਸ਼ਾਹੀ ਹੈ, ਇਹ ਗੁਣ ਸਾਨੂੰ ਨਾ ਗੁਰੂ ਕੇ ਪਿਆਰਿਆਂ ਨੇ ਆਪਣੇ ਜੀਵਨ 'ਚ ਡਾਇਆ। ਜੇ ਤਖ਼ਤ ਵੀ ਮਿਲਿਆ ਤੇ ਮਾਲਕ ਜੀ ਗੁਲਾਮ ਤੁਹਾਡੇ ਆ, ਬੰਦੇ ਦੇ ਨੇ, ਇਨਸਾਨ ਦੇ ਗੁਲਾਮ ਨਹੀਂ ਆ ਵੀ ਕੋਈ ਜਿੱਦਾਂ ਮਰਜ਼ੀ ਸਾਨੂੰ ਚਲਾ ਲਵੇ। ਮਰਜ਼ੀ ਤਖ਼ਤ ਮਿਲਿਆ, ਜੇ ਸਾਨੂੰ ਕੋਈ ਪਾਤਸ਼ਾਹੀ ਮਿਲ ਗਿਆ, ਬਾਦਸ਼ਾਹੀ ਮਿਲ ਗਿਆ, ਤੇ ਫਿਰ ਵੀ ਅਸੀਂ ਤੁਹਾਡੇ ਗੁਲਾਮ ਅਖਵਾਉਂਦੇ ਹਾਂ। ਜੇ ਰਾਜ ਬਹਾਲੇ ਤਾਂ ਹਰ ਗੁਲਾਮ ਘਾਸੀ ਕਹੋ ਹਰ ਨਾਮ ਕਢਾਈ। ਘਾਸੀ ਕਹਿੰਦੇ ਘਸਿਆਰੇ ਨੂੰ, ਭਾਈ ਖਾਨ ਸਨਾਬਾ ਜੀ ਨੇ ਇਹਦੇ ਅਰਥ ਕੀਤੇ ਨੇ ਘਸਿਆਰਾ, ਘਾਹ ਖੋਦਣ ਵਾਲਾ। ਜੇ ਮੈਨੂੰ ਤੂੰ ਘਾਹ ਖੋਦਣ ਵਾਲਾ ਵੀ ਬਣਾ ਦੇਵੇ ਤੇ ਫਿਰ ਵੀ ਮਾਲਕ ਜੀ ਉੱਥੇ ਵੀ ਖਲੋ ਕੇ ਗੁਲਾਮ ਤੇਰਾ ਹੀ ਗੁਣ ਗਾਏਗਾ, ਤੈਨੂੰ ਹੀ ਮੂੰਹ ਚੰਗਾ ਕਵੇਗਾ। ਗੁਲਾਮ ਬਣ ਕੇ ਵੀ ਤੈਨੂੰ ਗੁਲਾਮਾ ਨਹੀਂ ਦੇਵੇਗਾ, ਤਖ਼ਤ ਤੇ ਬੈਠ ਕੇ ਹੰਕਾਰ ਵਿੱਚ ਨਹੀਂ ਆਏਗਾ। ਇਹ ਦੋਵੇਂ ਗੁਣ ਸਤਿਗੁਰ ਨੇ ਆਪਣੇ ਜੀਵਨ 'ਚ ਹੰਡਾਏ ਨੇ। ਜਦੋਂ ਅਨੰਦਪੁਰ ਦੀ ਧਰਤੀ 'ਤੇ ਹਜ਼ਾਰਾਂ ਸਿੱਖ ਕੋਲ ਨੇ, ਉਦਣ ਜੇ ਰਾਜ ਬਹਾਲੇ ਵਾਲੀ ਗੱਲ ਉਦੋਂ ਵੀ ਉਹਨੂੰ ਆਪਣੇ ਮਨ 'ਚ ਰੱਖਿਆ। ਜੇ ਮਾਛੀ ਵੜ ਦੇ ਜੰਗਲ ਵਿੱਚ ਕੋਈ ਸਿੱਖ ਕੋਲ ਨਹੀਂ, ਤਨ ਦੇ ਬਸਤਰ ਵੀ ਪਾਟੇ ਹੋਏ ਨੇ ਅਤੇ ਪ੍ਰਸ਼ਾਦਾ ਵੀ ਕਿਸੇ ਨੇ ਲਿਆ ਕੇ ਛਕਾਇਆ ਹੈ, ਉਸ ਵਕਤ ਕਿਸੇ ਨੂੰ ਗੁਲਾਮਾ ਨਹੀਂ ਦਿੱਤਾ। ਇਹਦੇ ਵੀ ਕਿਹਾ ਮਹਾਰਾਜ ਤੇਰੇ ਰਸਤੇ ਤੁਰ ਕੇ ਮੈਨੂੰ ਮਿਲਿਆ ਕੀ ਹੈ? ਇਹ ਸਾਖੀਆਂ, ਇਹ ਉਪਦੇਸ਼ ਸਾਡੇ ਮਨ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਵਾਸਤੇ ਹੈ ਕਿ ਜੇ ਤੇਰੇ ਕੋਲ ਕੁਝ ਵੀ ਨਾ ਹੋਵੇ ਤਾਂ ਵੀ ਆਪਣੇ ਮਨ ਨੂੰ ਢਹਿੰਦੀ ਕਲਾ ਵਿੱਚ ਨਹੀਂ ਲਿਜਾਣਾ। ਜੇ ਰਾਜ ਬਹਾਲੇ ਤਾਂ ਹਰ ਗੁਲਾਮ ਘਾਸੀ ਕਹੋ ਹਰ ਨਾਮ ਕਢਾਈ। ਜਨ ਨਾਨਕ ਹਰ ਕਾ ਦਾਸ ਹੈ ਹਰ ਕੀ ਵਡਿਆਈ। ਜਨ ਨਾਨਕ ਤੁਹਾਡਾ ਦਾਸ ਹੈ, ਇਹ ਸਾਰੀ ਵਡਿਆਈ ਮਰਜ਼ੀ ਤੁਹਾਡੀ ਹੈ। ਮੈਂ ਮੂਰਖ ਹਾਂ, ਮੇਰੇ ਕੋਲ ਤੁਹਾਡੇ ਰਸਤੇ ਤੁਰਿਆ ਨਹੀਂ ਜਾਂਦਾ, ਕਿਰਪਾ ਕਰੋ ਮੇਰੀ ਬਾਂਹ ਫੜੋ ਤਾਂ ਕਿ ਮੈਂ ਤੁਹਾਡੇ ਰਸਤੇ 'ਤੇ ਤੁਰ ਸਕਾਂ। ਦੀਨ ਦਿਆਲ ਭਰੋਸੇ ਤੇਰੇ, ਦੀਨ ਦਿਆਲ ਭਰੋਸੇ ਤੇਰੇ, ਚੜਾਇਆ ਬੇੜੇ।
ਕਿਰਪਾ ਕਰਨ। ਜਿਵੇਂ ਇੱਕ ਮਾਂ ਆਪਣੇ ਪੁੱਤ 'ਤੇ ਆਸ ਰੱਖਦੀ ਹੈ, ਇਹ ਦੁਨਿਆਵੀ ਉਦਾਹਰਣ ਹੈ, ਸਾਨੂੰ ਇਹ ਆਸ ਆਪਣੇ ਗੁਰੂ 'ਤੇ, ਅਕਾਲ ਪੁਰਖ 'ਤੇ ਹੋਵੇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁੱਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਤਿਗੁਰ ਦੇ ਉਪਦੇਸ਼ ਨੂੰ ਜ਼ਿੰਦਗੀ ਦਾ ਆਧਾਰ ਬਣਾ ਕੇ ਜ਼ਿੰਦਗੀ ਬਤੀਤ ਕਰ ਸਕੀਏ, ਇਹੋ ਹੀ ਯਤਨ ਹਨ ਸਾਡੇ ਸਾਰਿਆਂ ਦੇ ਕਿ ਗੁਰੂ ਦੀ ਗੋਦ ਵਿੱਚ ਬੈਠ ਕੇ, ਗੁਰੂ ਉਪਦੇਸ਼ ਨੂੰ ਵਾਚ ਕੇ, ਆਪਣੇ ਆਪ ਨੂੰ ਇਸ ਸੱਚੀ ਦੁਕਾਨ 'ਤੇ, ਸੱਚੇ ਹੱਟ 'ਤੇ ਵੇਚ ਸਕੀਏ। ਗੁਰ ਕੀ ਬਚਨੀ ਹਾਰਡ ਦੁਕਾਨਾਂ ਵਾਲੀ ਗੱਲ ਇਹ ਜੀਵਨ 'ਤੇ ਲਾਗੂ ਹੋ ਸਕੇ। ਫੁੱਲਾਂ 'ਚ ਤਾਂ ਮਾਪ ਬਚਨ ਗੁਰੂ 'ਤੇ ਜਾਣ ਕੇ ਹਿਰਦੇ 'ਚੋਂ ਸਾਰਿਆਂ ਨੇ ਗੱਜ ਕੇ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ